देश दुनिया च वसदे पंजाबियों नूं जी आया। मैं हरजिंदर सिंह रंधावा, तुसीं देख रहे हो पंजाब टैलीविजन, और मेरे नाल ने सीनियर जर्नलिस्ट जी भास्कर जी, रविंद्रप्रीत जी। जी आया जी, बहुत बहुत शुक्रिया रंधावा जी। सारे नूं सति श्री अकाल जी। पंजाब दी लोक गीतां वर्गी बोली है, यारी लगी ते लवा ले तख्ते ते टुट्टी ते चगाठ पट्टती। पंजाब दे एक डीजीपी ने पंजाब सरकार कटहरे च खिलारती है, बड़े संगीन इल्जाम लाते, मौजूदा डीजीपी नूं चुनौती दित्ती नियुक्ति नूं, ते अपनी नियुक्ति डीजीपी वजों लाया गया वी के भावरा नूं। जदों इह पटीशन च दाखल हुंदा है इह दर्द, तां इहदे मायने बदल जांदे आ। सुनवाई 15 दसंबर तक टल गई है, लेकिन सवाल इस गल दा है कि दरम्यान दे विच दिलचस्पियां बहुत ने। जे एक डीजीपी इस तरह फील करे तां मेरे वर्गे हमातड़ दा की बणूगा। वैसे इह सियासतां ਵੱਡੇ ਅਹੁਦਿਆਂ ਦੀਆਂ ਵੀ ਆ, ਇਹ ਸ਼ਰੀਕੇਬਾਜ਼ੀਆਂ, ਇਹ ਖੁੰਦਕਾਂ, ਇਹ ਰਗੜੇ, ਇਹ ਸਹਿਣੇ ਪੈਂਦੇ ਆ ਵੱਡਿਆਂ ਅਹੁਦਿਆਂ ਤੇ, ਇੰਜ ਲੱਗਦਾ। ਖੈਰ ਆਪਾਂ ਇਹਦੇ ਨਾਲ ਨਾਲ ਅੱਗੇ ਚੱਲਾਂਗੇ। ਸੁਪਰੀਮੋ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸਰਬਰਾਹ, ਪੰਜਾਬ ਸਰਕਾਰ ਦੇ ਅਸਲੀ ਮਾਲਕ ਕੇਜਰੀਵਾਲ ਜਦੋਂ ਆਪਣੇ ਸਾਰੇ ਵਿਧਾਇਕਾਂ ਦੇ ਐਨ ਸਾਹਮਣੇ ਲੱਤ ਤੇ ਲੱਤ ਚੜਾ ਕੇ ਬੈਠੇ ਸੀ ਨਾ, ਇੱਕ ਆਵਾਜ਼ ਆਈ, ਸਿਰਫ ਆਪ ਕੇ ਸਾਥ ਹੈ, ਤੁਸੀਂ ਜੇਲ੍ਹ 'ਚ ਵੀ ਹੋਵੋ, ਸਾਡੇ ਮੁੱਖ ਮੰਤਰੀ ਤੁਸੀਂ, ਵੋਟਾਂ ਤੁਹਾਡੇ ਮੂੰਹ ਨੂੰ। ਖੈਰ ਇਹ ਸਵਾਲ ਵੀ ਕਾਫੀ ਅਹਿਮ ਨੇ ਕਿ ਸੱਤਾ ਦਾ ਇਹ ਦੌਰ ਵੀ ਅਸੀਂ ਦੇਖਣਾ ਸੀ, ਸੱਤਾ ਦੇ ਇਸ ਦੌਰ ਦੇ ਵਿੱਚ ਜਿੱਥੇ ਆਈਡੀਓਲੋਜੀ ਨਾਲੋਂ ਸ਼ਖਸੀ ਕੱਦ ਵੱਡੇ ਹੋ ਜਾਂਦੇ ਆ, ਤੇ ਇਸੇ ਮੌਕੇ ਤੇ ਜਦੋਂ ਪੰਜਾਬ ਸਰਕਾਰ ਦੀ ਪ੍ਰਚਾਰੀ ਜਾ ਰਹੀ, ਸਭ ਤੋਂ ਅਹਿਮ ਯੋਜਨਾ ਮੰਨੀ ਜਾ ਰਹੀ, ਬਜ਼ੁਰਗਾਂ ਨੂੰ ਤੀਰਥ ਯਾਤਰਾ ਕਰਾਉਣ ਸੰਬੰਧੀ ਕੇਜਰੀਵਾਲ ਕਲੇਮ ਕਰਦੇ ਆ, ਤਾਂ ਨਾਲ ਦੇ ਸੂਬਿਆਂ ਦੇ ਮੁੱਖ ਮੰਤਰੀ ਟੁੱਟ ਕੇ ਪੈ ਜਾਂਦੇ ਆ, ਕਹਿੰਦੇ ਤੁਸੀਂ ਤਾਂ ਜੰਮੇ ਬਾਅਦ ਚ, ਮਤਲਬ ਤੁਹਾਡੀ ਪਾਰਟੀ ਬਾਅਦ ਚ ਹੋਣੀ ਚਾਹੀਏ, ਅਸੀਂ ਤਾਂ ਪਹਿਲਾਂ ਦੇ ਲੱਗੇ ਹੋਏ ਆ। ਖੈਰ ਦਿਲਚਸਪੀਆਂ ਬਹੁਤ ਆ, ਚੱਲਦੇ ਆ ਅੱਗੇ। ਗੱਜਣ ਮਾਜਰਾ ਸਾਹਿਬ ਦੀ ਰਾਤ ਕਿੱਦਾਂ ਕੱਟੀ, ਔਰ ਇਸੇ ਤਰ੍ਹਾਂ ਗਿਲਜੀਆਂ ਸਾਹਿਬ ਨੂੰ ਅਮਰੀਕਾ ਜਾਣ ਲਈ ਹਰੀ ਝੰਡੀ ਦਿੱਤੀ, ਖਹਿਰਾ ਸਾਹਿਬ ਦੀ ਦੀਵਾਲੀ ਜੇਲ੍ਹ ਦੇ ਵਿੱਚ ਰਹੂਗੀ, ਬੰਟੀ ਰਮਣਾ ਦੇ ਖਿਲਾਫ਼ ਵੰਡੇਟਾ ਪੋਲੀਟਿਕਸ ਹੋਈ, ਕੀ ਅਦਾਲਤ ਦੀ ਕੋਈ ਟਿੱਪਣੀ ਆ, ਇਹ ਸਾਰੀਆਂ ਗੱਲਾਂ ਲਵਾਂਗੇ। ਲੇਕਿਨ ਪਟਵਾਰੀਆਂ ਦਾ ਜ਼ਿਕਰ ਨਾ ਕੀਤਾ, ਸਵਾਦ ਜਿਹਾ ਨਹੀਂ ਆਉਣਾ। ਨੈਸ਼ਨਲ ਨਿਊਜ਼ ਦੇ ਉੱਤੇ ਵੀ ਜਾਵਾਂਗੇ। ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ, ਆਪਾਂ ਜਾਣਾ ਗਵਰਨਰ ਸਾਹਿਬ ਤੇ ਮੁੱਖ ਮੰਤਰੀ ਦੇ ਟਕਰਾਅ ਦੇ ਵਿੱਚ, ਸਰਕਾਰ ਤੇ ਰਾਜ ਭਵਨ ਭਿੜ ਗਈ ਤੇ ਭਿੜੀ ਸੁਪਰੀਮ ਕੋਰਟ 'ਚ, ਗਵਰਨਰ ਸਾਹਿਬ ਝੇਂਪੇ ਝੇਂਪੇ ਲੱਗਦੇ, ਗੱਲ ਮੁੱਕੀ ਨਹੀਂ, ਗੱਲ ਹਾਊਸ ਪ੍ਰੋਰੋਗ ਕਰਨ ਦੀ ਵੀ ਚੱਲੀ ਹੈ, ਔਰ ਮਾਮਲੇ ਬਿੱਲ ਦੱਬ ਕੇ ਰੱਖਣ ਦੇ ਵੀ ਅੱਗੇ ਵਧਿਆ। 10 ਨੂੰ ਗਹਿਗੱਚ ਹੋਏਗੀ, ਇਹ ਸਵਾਲ ਤਾਂ ਬਾਅਦ 'ਚ ਐਡਰੈਸ ਕਰਦੇ ਹਾਂ। ਸਭ ਤੋਂ ਪਹਿਲਾਂ ਇੱਕ ਡੀਜੀਪੀ ਰੈਂਕ ਦੇ ਅਧਿਕਾਰੀ ਦਾ ਜਦੋਂ ਦਰਦ ਛਲਕਦਾ ਹੈ ਨਾ ਜੀ, ਤਾਂ ਮੈਂ ਇਹ ਦੇਖ ਰਿਹਾ ਕਿ ਸਰਕਾਰਾਂ ਦੀ ਵਰਕਿੰਗ ਕਿਵੇਂ ਕਟਹਿਰੇ 'ਚ ਆਉਂਦੀ, ਕਿਸ ਤਰੀਕੇ ਨਾਲ ਸਰਕਾਰਾਂ ਚੱਲਦੀਆਂ, ਵੱਡੇ ਤੋਂ ਵੱਡੇ ਵਿਅਕਤੀ ਵੀ ਸੁਰੱਖਿਅਤ ਨਹੀਂ ਹੁੰਦੇ, ਸਿਆਸਤ ਬੜੀ ਬੇਰਹਿਮ ਹੁੰਦੀ ਆ। ਇਹ ਮਨਪ੍ਰੀਤ ਬਾਦਲ ਕਹਿ ਰਹੇ ਸੀਗੇ ਪਿਛਲੇ ਦਿਨਾਂ 'ਚ ਕਿ ਬੜੀ ਬੇਦਰਦ ਹੁੰਦੀ ਆ, ਲੇਕਿਨ ਜੇ ਡੀਜੀਪੀ ਵਰਗੇ ਰੈਂਕ ਤੇ ਬੈਠਾ ਵਿਅਕਤੀ ਵੀ ਇਸ ਤਰ੍ਹਾਂ ਫੀਲ ਕਰ ਰਿਹਾ ਹੋਵੇ, ਇਸ ਇਬਾਰਤ ਨੂੰ ਜਿਹੜੀ ਪਟੀਸ਼ਨ ਦੇ ਵਿੱਚ ਦਾਖਲ ਹੈ, ਜਿਹਦੇ ਤੇ ਨੋਟਿਸ ਗੱਲ ਹੁੰਦਾ ਹੈ ਇਹ ਸਰਕਾਰ ਨੂੰ, ਉਹਨੂੰ ਅੱਗੇ ਵਧਾਇਓ ਤਾਂ ਕਿ ਅਸੀਂ ਸਮਝ ਸਕੀਏ ਕਿ ਸਰਕਾਰਾਂ ਕਿੰਨੀਆਂ ਸ਼ਕਤੀਸ਼ਾਲੀ ਹੁੰਦੀਆਂ। ਬਹੁਤ ਸਾਲ ਪਹਿਲਾਂ ਰੰਧਾਵਾ ਸੀ, ਇੱਕ ਮੈਂ ਖਬਰ ਕੀਤੀ ਸੀਗੀ ਕਿ ਡੀਜੀਪੀ ਪੰਜਾਬ ਨੇ ਇੱਕ ਗਵਰਨਮੈਂਟ ਆਫ ਇੰਡੀਆ ਨੂੰ ਲੈਟਰ ਲਿਖੀ ਹੈ ਕਿ ਜਿਸ ਤਰ੍ਹਾਂ ਬਾਕੀ ਸਟੇਟਾਂ ਦੇ ਵਿੱਚ ਡੀਜੀਪੀ ਨੂੰ ਅਡੀਸ਼ਨਲ ਚੀਫ ਸੈਕਟਰੀ ਦਾ ਦਰਜਾ ਦਿੱਤਾ ਹੋਇਆ ਹੈ, ਇਸੇ ਦਾ ਦਰਜਾ ਇੱਥੇ ਵੀ ਦਿੱਤਾ ਜਾਏ, ਕਿਉਂਕਿ ਚੀਫ ਸੈਕਟਰੀ ਤੋਂ ਬਾਅਦ ਜਿਹੜੀ ਸਭ ਤੋਂ ਅਹਿਮ ਪੋਸਟ ਹੁੰਦੀ ਹੈ ਉਹ ਡੀਜੀਪੀ ਦੀ ਹੁੰਦੀ ਹੈ ਕਿਸੇ ਵੀ ਸਟੇਟ ਦੇ ਵਿੱਚ। ਪਰ ਜੇ ਇੱਕ ਡੀਜੀਪੀ ਇੰਨਾ ਬੇਬਸ ਨਜ਼ਰ ਆਏ, ਜੇ ਤੁਸੀਂ ਉਹਦੀ ਯਾਚਿਕਾ ਦੇਖੋ ਜਿਹੜੀ ਉਹਨੇ ਕੈਟ 'ਚ ਪਾਈ ਹੈ, ਜੇ ਇੰਨਾ ਨਜ਼ਰ ਬੇਬਸ ਨਜ਼ਰ ਆਏ, ਉਹ ਵੀ ਉਦੋਂ ਜਦੋਂ ਸੁਪਰੀਮ ਕੋਰਟ ਦੇ ਜਿਹੜਾ ਇੱਕ ਫੈਸਲਾ ਹੈ ਉਹਦੇ 'ਚ ਕਿਹਾ ਗਿਆ ਕਿ ਨਿਯੁਕਤੀ ਇੰਨੇ ਟਰਮ ਲਈ ਸਥਾਈ ਹੋਏਗੀ, ਔਰ ਨਿਯੁਕਤੀ ਦਾ ਜਿਹੜਾ ਸਾਰਾ ਪ੍ਰੋਸੈਸ ਹੈ ਉਹ UPSC ਕਰਕੇ ਦੇਗੀ, ਤੇ UPSC ਕਰਕੇ ਜਿਹੜਾ ਦੇਗੀ ਉਹ 'ਚੋਂ ਇੱਕ ਬੰਦਾ ਜਿਹੜਾ ਚੁਣਿਆ ਜਾਏਗਾ, ਉਹ ਇੱਕ ਸਰਟਨ ਪੀਰੀਅਡ ਤੱਕ DGP ਰਹੇਗਾ ਹੀ ਰਹੇਗਾ, ਉਹਨੂੰ ਕੋਈ ਹਟਾ ਨਹੀਂ ਸਕਦਾ। ਸੋ ਉਸ ਜਿਹੜੀ ਇੰਨੀ ਸ਼ੀਲਡਿੰਗ ਹੋਵੇ, ਜਦੋਂ ਮਤਲਬ ਇੰਨਾ ਤੁਹਾਡੇ 'ਤੇ ਹੱਥ ਹੋਵੇ, ਤਾਂ ਵੀ ਤੁਸੀਂ ਇੰਨੇ ਬੇਬਸ ਹੋਵੋ, ਤਾਂ ਤੁਸੀਂ ਆਰਾਮ ਨਾਲ ਸਮਝ ਸਕਦੇ ਹੋ ਕਿ ਇੱਕ ਸਧਾਰਨ ਨਾਗਰਿਕ ਦਾ ਜਾਂ ਇੱਕ ਸਧਾਰਨ ਅਫਸਰ ਦਾ ਜਾਂ ਇੱਕ ਸਧਾਰਨ ਕਰਮਚਾਰੀ ਦਾ ਹਾਲ ਕੀ ਹੁੰਦਾ ਹੋਏਗਾ ਸਰਕਾਰਾਂ ਦੇ ਵਿੱਚ। DGP ਸਾਹਿਬ ਨੇ, ਜਿਹੜੇ ਵੀਰੇਸ਼ ਕੁਮਾਰ ਭਾਵਰਾ ਨੇ, ਹੁਣ ਤਾਂ ਸਪੈਸ਼ਲ DG ਕਹਾਂਗੇ ਉਹਨਾਂ ਨੂੰ, ਕਿਉਂਕਿ DGP ਸਾਹਿਬ ਕਾਰਜਕਾਰੀ ਤਾਂ ਅੱਜ ਕੱਲ੍ਹ ਗੌਰਵ ਯਾਦਵ ਸਾਹਿਬ ਨੇ, ਤਾਂ DGP ਸਾਹਿਬ ਜਿਹੜੇ ਪੁਰਾਣੇ ਹੈਗੇ VK ਭਾਵਰਾ, ਉਹਨਾਂ ਨੇ
ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਦੇ ਵਿੱਚ ਜਿਹੜੀ ਇੱਕ ਯਾਚਿਕਾ ਦਾਇਰ ਕਰਕੇ ਕਿਹਾ ਕਿ ਉਹਨਾਂ ਨਾਲ ਧੱਕਾ ਹੋਇਆ ਤੇ ਉਹ ਜਿਹੜਾ ਡੀਜੀਪੀ ਤੋਂ ਹਟਾਇਆ ਗਿਆ ਉਹਨਾਂ ਨੂੰ, ਇਹ ਠੀਕ ਨਹੀਂ ਹੈ। ਉਹਨਾਂ ਨੇ ਇਸ ਤੇ ਇਨਸਾਫ ਦੀ ਮੰਗ ਕੀਤੀ ਹੈ। ਤਾਂ ਠੀਕ ਹੈ, ਉਸ 'ਚ ਜਿਹੜੀ ਯਾਚਿਕਾ ਦਾਇਰ ਕੀਤੀ ਹੈ ਉਹਦੇ ਜਿਹੜੇ ਇਬਾਰਤ ਹੈ ਉਹ ਬਹੁਤ ਕਮਾਲ ਦੀ ਹੈ। ਉਹਦੇ 'ਚ ਜਿਵੇਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ UPSC ਦੇ ਥਰੂ ਚੁਣਿਆ ਗਿਆ ਸੀਗਾ। UPSC ਨੇ 3 ਮੈਂਬਰਾਂ ਦਾ ਜੋ ਪੈਨਲ ਭੇਜਿਆ ਸੀ, ਜਿਸ 'ਚ ਦਿਨਕਰ ਗੁਪਤਾ, VK ਭਾਵਰਾ ਔਰ ਪ੍ਰਬੋਧ ਕੁਮਾਰ ਦਾ ਨਾਂ ਸੀ, ਉਹਨਾਂ 'ਚੋਂ ਇੱਕ ਮੈਨੂੰ ਚੁਣਿਆ, DG ਲਗਾਇਆ ਗਿਆ ਇੱਥੇ। ਤਾਂ ਜਦੋਂ ਸਰਕਾਰ ਬਦਲ ਗਈ, ਇਹ ਸੀਗੀ ਪਿਛਲੀ ਸਰਕਾਰ ਦਾ ਕੰਮ ਜਦੋਂ ਚੰਨੀ ਸਾਹਿਬ ਸੀਗੇ, ਲੇਕਿਨ ਜਦੋਂ ਹੀ ਸਰਕਾਰ ਬਦਲੀ ਉਹਨਾਂ ਦੇ ਉੱਤੇ ਦਬਾਅ ਬਣਾਇਆ ਗਿਆ। 2 ਮਹੀਨੇ ਬਾਅਦ ਹੀ ਦਬਾਅ ਬਣਾਉਣਾ ਸ਼ੁਰੂ ਕਰਤਾ ਕਿ ਤੁਸੀਂ DGP ਦੇ ਅਹੁਦੇ ਤੋਂ ਮਤਲਬ ਹਟ ਜਾਓ, ਜਾਂ ਇਹ ਲਿਖ ਕੇ ਦੇ ਦਿਓ ਕਿ ਤੁਸੀਂ DGP ਦੇ ਅਹੁਦੇ ਤੇ ਕੰਟੀਨਿਊ ਨਹੀਂ ਕਰਨਾ ਚਾਹੁੰਦੇ। ਅਸਲ 'ਚ ਸਰਕਾਰ ਵੀ ਉਹਦਾ ਦਬਾਅ ਇਸ ਕਰਕੇ ਦੇ ਵਿੱਚ ਆਈ ਹੋਈ ਸੀ ਕਿਉਂਕਿ ਮੂਸੇਵਾਲਾ ਦਾ ਕਾਂਡ ਤੋਂ ਇਲਾਵਾ ਇੱਕ ਜਿਹੜਾ ਪੁਲਿਸ ਇੰਟੈਲੀਜੈਂਸ ਦਾ ਜਿਹੜਾ ਦਫ਼ਤਰ ਹੈ ਉਸ 'ਤੇ ਮੋਟਰਾਰ ਨਾਲ ਜਿਹੜਾ ਹਮਲਾ ਹੋਇਆ ਸੀ, ਉਹ ਸਾਰੇ 2-3 ਹੋਰ ਵੱਡੀਆਂ ਘਟਨਾਵਾਂ ਸੀਗੀਆਂ ਜਿਹਨੂੰ ਲੈ ਕੇ DGP ਕਾਫ਼ੀ ਦਬਾਅ 'ਚ ਸੀਗੇ ਉਦੋਂ, ਤੇ ਸਰਕਾਰ ਵੀ ਦਬਾਅ 'ਚ ਸੀ ਕਿਉਂਕਿ ਸਰਕਾਰ ਤਾਂ ਬਿਲਕੁਲ ਨਵੀਂ ਬਣੀ ਸੀ ਅਜੇ। ਲੁਧਿਆਣੇ ਦੀ ਅਦਾਲਤ ਵਿੱਚ ਬੰਬ ਧਮਾਕਾ ਹੋਇਆ ਸੀ ਤੇ ਮੋਹਾਲੀ ਦੇ ਵਿੱਚ ਇੰਟੈਲੀਜੈਂਸ ਦੀ ਬਿਲਡਿੰਗ ਦੇ ਉੱਤੇ ਮੋਰਟਾਰ ਨਾਲ ਹਮਲਾ ਕੀਤਾ ਗਿਆ ਸੀ। ਸਿੱਧੂ ਮੂਸੇਵਾਲੇ ਦੀ ਮੌਤ ਹੋ ਚੁੱਕੀ ਸੀਗੀ ਔਰ ਉਸ ਤੋਂ ਬਾਅਦ DGP ਸਾਹਿਬ ਪ੍ਰੈਸ ਕਾਨਫਰੰਸ ਕਰਕੇ ਇਹ ਕਹਿ ਦਿੰਦੇ ਆ ਕਿ ਇਹ ਗੈਂਗਵਾਰ ਹੈ ਦਰਅਸਲ, ਤੇ ਇਹਦੇ ਉੱਤੇ ਬਹੁਤ ਹੀਟ ਵੱਧ ਜਾਂਦੀ ਪੰਜਾਬ ਦੇ ਵਿੱਚ, ਸਰਕਾਰ ਡਿਫੈਂਸਿਵ ਹੋ ਜਾਂਦੀ ਆ, ਬੈਕਫੁੱਟ ਤੇ ਚਲੇ ਜਾਂਦੀ ਆ, ਤੇ ਉਹਨਾਂ ਨੂੰ ਕੁਝ ਕਰਨਾ ਸੀ ਸ਼ਾਇਦ, ਇਸ ਤਰ੍ਹਾਂ ਉਦੋਂ ਮਾਹੌਲ ਬਣਿਆ ਹੋਇਆ ਸੀਗਾ। ਪਰ ਹੁਣ ਤੁਸੀਂ ਇਬਾਰਤ ਦੀ ਅੱਗੇ ਗੱਲ ਸੁਣਾਓ ਜ਼ਰਾ। ਉਹਦੇ ਦੇ ਵਿੱਚ ਜਿਹੜਾ ਹੋਰ ਅੱਗੇ ਉਹਨਾਂ ਨੇ ਲਿਖਿਆ ਕਿ ਮੈਨੂੰ ਇਹ ਕਿਹਾ ਗਿਆ ਕਿ ਤੁਸੀਂ ਮਤਲਬ ਜਿਹੜਾ ਇਹ ਲਿਖ ਕੇ ਦੇ ਦਿਓ ਕਿ ਤੁਸੀਂ DGP ਦੀ ਪੋਸਟ ਤੇ ਕੰਟੀਨਿਊ ਨਹੀਂ ਕਰਨਾ ਚਾਹੁੰਦੇ। ਕਹਿੰਦੇ ਮੈਂ ਇਹ ਲਿਖ ਕੇ ਤਾਂ ਨਹੀਂ ਦਿੱਤਾ, ਤਾਂ ਪਰ ਮੈਂ 60 ਦਿਨ ਦੀ ਛੁੱਟੀ ਤੇ ਚਲਾ ਗਿਆ, ਤੇ ਉਸ ਤੋਂ ਬਾਅਦ ਇਹਨਾਂ ਨੇ ਐਡੀਸ਼ਨਲ ਚਾਰਜ ਜਿਹੜਾ ਹੈਗਾ ਉਹ 5 ਜੁਲਾਈ ਨੂੰ ਉਹਨਾਂ ਦੇ ਜੂਨੀਅਰ ਗੌਰਵ ਯਾਦਵ ਨੂੰ ਦਿੱਤਾ। ਪਰ ਜਦੋਂ ਮੈਂ ਆਉਣਾ, ਛੁੱਟੀ ਮੇਰੀ ਖਤਮ ਹੀ ਹੋਣ ਵਾਲੀ ਸੀ, ਉਦੋਂ ਹੀ ਮੇਰੇ ਘਰ ACS ਹੋਮ ਉਦੋਂ ਦੇ ਆਏ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਬਈ ਤੁਸੀਂ ਵਾਪਿਸ ਨਾ ਆਇਓ ਛੁੱਟੀ ਤੋਂ, ਛੁੱਟੀ ਆਪਣੀ ਹੋਰ ਐਕਸਟੈਂਡ ਕਰ ਲਓ। ਉਹਨਾਂ ਨੇ ਕਿਹਾ ਕਿ ਮੇਰੇ ਕੋਲ ਛੁੱਟੀ ਬਚੀ ਨਹੀਂ ਹੈ, ਜਿੰਨੀ ਸੀ ਮੈਂ ਸਾਰੀ ਲੈ ਲਈ ਆ, ਹੋਰ ਮੈਂ ਐਕਸਟੈਂਡ ਨਹੀਂ ਕਰ ਸਕਦਾ। ਤਾਂ ਉਹਨਾਂ ਨੇ ਕਿਹਾ ਕਿ ਨਹੀਂ, ਫਿਰ ਇਹ ਤੁਹਾਡੇ ਲਈ ਠੀਕ ਨਹੀਂ ਹੋਏਗਾ ਜੇ ਤੁਸੀਂ ਵਾਪਸ ਆਏ, ਜੋ DGP ਸਾਹਿਬ ਨੇ ਆਪਣੀ ਇਬਾਰਤ 'ਚ ਲਿਖਿਆ। ਉਹ ਕਹਿੰਦੇ ਕਿ ਵੀ ਪਰ ਮੈਂ ਜਦੋਂ ਵਾਪਿਸ ਆਇਆ ਤਾਂ ਮੈਨੂੰ ਜਿਹੜਾ ਹੈਗਾ DGP ਦੇ ਅਹੁਦੇ ਤੇ ਲਗਾਉਣ ਦੀ ਬਜਾਏ ਚੇਅਰਮੈਨ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦਾ ਲਗਾਤਾ, ਤੇ ਗੌਰਵ ਯਾਦਵ ਨੂੰ ਹੁਣ ਤੱਕ ਹੀ ਕੰਟੀਨਿਊ ਰੱਖਿਆ ਹੋਇਆ। ਸੋ ਇਹ ਜਿਹੜੀ ਇਬਾਰਤ ਹੈ ਅਗਰ ਤੁਸੀਂ ਉਹ ਪੜ੍ਹੋ ਸਾਰੀ, ਤਾਂ ਮੈਨੂੰ ਇਹ ਲੱਗਦਾ ਕਿ ਜਿਵੇਂ ਇੱਕ ਬੰਦਾ ਬੜਾ ਬੇਬਸ ਹੈ। ਇਹਦੇ ਵਿੱਚ ਸਿਰਫ ਦਿੱਕਤ ਇਹ ਹੈ ਕਿ ਜਿਹੜੀ ਚੀਜ਼ ਦੀ ਯਾਚਿਕਾ ਉਹ ਹੁਣ ਦਾਇਰ ਕਰ ਰਿਹਾ, ਯਾਨੀ ਕਿ ਨਵੰਬਰ ਦੇ ਵਿੱਚ ਜਿਹੜੀ ਕਰ ਰਿਹਾ, ਉਹ ਵੀ 23, ਯਾਨੀ ਕਿ ਲਗਭਗ ਆਪਾਂ ਕਹੀਏ 1.25 ਸਾਲ ਬਾਅਦ ਜਿਹੜਾ ਮਤਲਬ ਉਹਨਾਂ ਨੇ ਇਹ ਦਾਇਰ ਕੀਤੀ ਹੈ। ਇਹਦਾ ਇੱਕ ਕੋਈ ਕਾਰਨ ਨਹੀਂ ਉਹਨਾਂ ਨੇ ਆਪਣੀ ਪੂਰੀ ਯਾਚਿਕਾ 'ਚ ਦੱਸਿਆ ਵੀ ਉਹ ਇੰਨੀ ਦੇਰ ਬਾਅਦ ਕਿਉਂ ਜਾਗੇ ਹੈ। ਇਹੀ ਚੀਜ਼ ਉਹ ਸਤੰਬਰ ਦੇ ਮਹੀਨੇ 'ਚ ਵੀ ਕਹਿ ਸਕਦੇ ਸੀਗੇ, ਤਾਂ ਸਤੰਬਰ ਦੇ ਮਹੀਨੇ 'ਚ ਜਦੋਂ ਕਹਿੰਦੇ ਤਾਂ ਮੈਨੂੰ ਲੱਗਦਾ ਕਿਸੇ ਵੀ ਅਦਾਲਤ ਵਾਸਤੇ ਇਹ ਸੁਣਨਾ ਸੌਖਾ ਵੀ ਹੁੰਦਾ, ਔਰ ਉਹ ਇਹ ਜਾਰੀ ਵੀ ਕਰ ਸਕਦੇ ਸੀ ਆਰਡਰ। ਹੁਣ ਇਨ ਬਿਟਵੀਨ ਹੋਮ ਮਿਨਿਸਟਰੀ ਦੇਖੋ 2 ਵਾਰ ਇਹ ਕਹਿ ਚੁੱਕੀ ਹੈ ਕਿ ਤੁਸੀਂ ਕਾਰਜਕਾਰੀ DGP ਦੇ ਤੌਰ ਤੇ ਕੰਟੀਨਿਊ ਨਹੀਂ ਕਰ ਸਕਦੇ। ਹਜੇ ਤੱਕ ਪੰਜਾਬ ਸਰਕਾਰ ਵੱਲੋਂ ਉਹਦਾ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ। ਮੇਰਾ ਤਾਂ ਖਿਆਲ ਇਹ ਹੈਗਾ ਕਿ ਜਦੋਂ ਹੀ ਲੋਕ ਸਭਾ ਦੀ ਇਲੈਕਸ਼ਨ ਦੀ ਦਾ ਬਿਗਲ ਵੱਜਣਾ ਹੈ ਤਾਂ ਇਹ DGP ਸਾਹਿਬ ਤਾਂ ਉਦੋਂ ਜਾਣੇ ਹੀ ਜਾਣੇ ਨੇ, ਕਿਉਂਕਿ ਕੋਈ ਵੀ ਕਮਿਸ਼ਨ ਜਿਹੜਾ ਹੈਗਾ ਉਹ ਕਾਰਜਕਾਰੀ DGP ਦੇ ਅਧੀਨ ਮਤਲਬ ਕੋਈ ਇਲੈਕਸ਼ਨ ਨਹੀਂ ਕਰਾ ਸਕਦਾ। ਇਹ ਪਹਿਲਾਂ ਦੀ ਬਿਰਤੀਆਂ ਹੈਗੀਆਂ ਨੇ, ਪਹਿਲਾਂ ਵੀ DGP ਕਈ ਹਟਾਏ ਨੇ, ਪਰ ਉਦੋਂ ਉਹ DGP ਲੱਗੇ ਹੋਏ ਸੀ। ਪਰ ਇੱਥੇ ਥੋੜੀ ਦਿੱਕਤ ਇਹ ਹੈ ਕਿ ਇਹਨਾਂ ਕੋਲੇ ਕਾਰਜਕਾਰੀ ਹੈ, ਇਹਨਾਂ ਨੂੰ ਐਡੀਸ਼ਨਲ ਚਾਰਜ ਦਿੱਤਾ ਹੋਇਆ DGP ਦਾ। ਸੋ ਮੈਨੂੰ ਲੱਗਦਾ ਕਿ ਇਹ ਸਾਰੇ ਚੀਜ਼ ਜੇ ਦੇਖੀ ਜਾਏ ਤਾਂ ਇੱਕ ਤਾਂ ਇਹ ਕਿ ਸਰਕਾਰਾਂ ਕੰਮ ਕਿਵੇਂ ਕਰਦੀਆਂ ਨੇ, ਇੱਕ ਤਾਂ ਇਹ ਜਿਹੜੀ ਬੜੀ ਬੇਬਸੀ ਵਾਲਾ ਜਿਹੜਾ ਇਹਨਾਂ ਨੇ ਲਿਖਿਆ, ਉਸ ਤੋਂ ਲੱਗਦਾ ਕਿ ਕਿਸੇ ਨੂੰ ਹਟਾਉਣਾ ਵੀ ਜੇ ਔਖਾ ਕੀਤਾ ਤਾਂ ਸੀਗਾ ਸੁਪਰੀਮ ਕੋਰਟ ਹੋਰ ਨੇ, ਜਿਹੜਾ ਪ੍ਰਕਾਸ਼ ਸਿੰਘ ਵਰਸਸ ਸਟੇਟ ਗਵਰਨਮੈਂਟ ਆਫ ਇੰਡੀਆ ਕੇਸ ਸੀਗਾ, ਉਹਦੇ 'ਚ ਔਖਾ ਤਾਂ ਕੀਤਾ ਸੀ, ਪਰ ਸਰਕਾਰਾਂ ਕੋਈ ਨਾ ਕੋਈ ਲੂਪ ਹੋਲ ਜਿਹੜੇ ਹੈ ਉਹ ਲੱਭ ਹੀ ਲੈਂਦੀਆਂ ਨੇ, ਜਿਵੇਂ ਕਿ ਪੰਜਾਬ ਦੇ ਮਾਮਲੇ 'ਚ ਲੱਭਿਆ ਹੋਇਆ। 26 ਅਗਸਤ 2022 ਨੂੰ
ਵਰੇਸ਼ ਕੁਮਾਰ ਭਾਵਰਾ ਨੂੰ ਇੱਕ ਸ਼ੋਅ ਕਾਜ ਨੋਟਿਸ ਜਾਰੀ ਹੁੰਦਾ ਹੈ ਔਰ 31 ਅਗਸਤ ਨੂੰ ਇਹ ਉਹਦਾ ਜਵਾਬ ਦੇ ਦਿੰਦੇ ਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਹਾਊਸਿੰਗ ਕਾਰਪੋਰੇਸ਼ਨ ਦੇ ਵਿੱਚ ਚੇਅਰਮੈਨ ਲਾਤਾ ਜਾਂਦਾ ਤੇ ਫਿਰ ਭਾਵਰਾ ਸਾਹਿਬ ਚੁੱਪ ਵੱਟ ਜਾਂਦੇ ਲੰਬੀ ਚੁੱਪ ਸਹਿਰਾਂ ਸੂਰਾਂ ਕਰਦੇ ਰਹਿੰਦੇ ਆ ਆਰਾਮ ਨਾਲ ਆਉਂਦੇ ਜਾਂਦੇ ਆ ਮਸਤੀ ਮਾਰਦੇ ਆ ਇੰਜ ਲੱਗਦਾ ਹੈ ਸਾਲ ਕੁ ਬਾਅਦ ਉਹਨਾਂ ਨੂੰ ਚੇਤਾ ਆਉਂਦਾ ਕਿ ਨਹੀਂ ਮੇਰਾ ਤਾਂ ਹੱਕ ਮਾਰਿਆ ਗਿਆ ਮੇਰੀ ਤਾਂ ਸਰਕਾਰ ਨੇ ਬਾਂਹ ਮਰੋੜੀ ਸੀ ਮੇਰੇ ਨਾਲ ਤਾਂ ਜ਼ਿਆਦਤੀ ਹੋ ਗਈ ਜੀ ਤੇ ਟਰਾਂਸਫਰ ਨਿਯੁਕਤੀਆਂ ਦੇ ਪ੍ਰੈਸ਼ਰ ਸੀਗੇ ਮੇਰੇ ਤੇ ਫਿਰ ਉਹਨਾਂ ਨੂੰ ਸਭ ਉਹ ਚੀਜ਼ਾਂ ਯਾਦ ਆਉਣ ਲੱਗ ਪੈਂਦੀ ਭਾਸਕਰ ਸਾਹਿਬ ਇਹਦੇ ਵਿੱਚ ਹੋਰ ਵੀ ਕੁਛ ਹੈਗਾ ਜੀ ਕੋਈ ਦਿਲਚਸਪ ਤਾਂ ਉਹਦੇ ਨਾਲ ਵੀ ਸਾਂਝ ਪਾ ਦਿਓ ਕਿਉਂਕਿ ਜਦੋਂ ਦੋ ਵੱਡੇ ਉੱਚ ਪੁਲਿਸ ਅਫਸਰ ਲੜ ਰਹੇ ਹੋਣ 80,000 ਦੀ ਨਫਰੀ ਵਾਲੀ ਪੁਲਿਸ ਫੋਰਸ ਉਹਨਾਂ ਵੱਲ ਦੇਖ ਰਹੀ ਹੁੰਦੀ ਹੈ ਇਹ ਇਹਦੇ ਤੇ ਹਾਂ ਕੋਈ ਹਾਂਜੀ ਹਾਂਜੀ ਇੰਦਰਪ੍ਰੀਤ ਜੀ ਇੱਕ ਚੀਜ਼ ਰਹਿ ਗਈ ਹੈ ਕਿ ਉਹ ਇਹਦੇ ਵਿੱਚ ਵਿਰੇਸ਼ ਕੁਮਾਰ ਭਾਵਰਾ ਹੋਰਾਂ ਨੇ ਇਹ ਵੀ ਕਿਹਾ ਕਿ ਜਦੋਂ ਉਹਨਾਂ ਨੂੰ ਹਟਾਉਣ ਦੀ ਗੱਲ ਚੱਲ ਰਹੀ ਸੀਗੀ ਵਿੱਚ ਉਹਨਾਂ ਨੂੰ ਇਹ ਵੀ ਐਡਵਾਈਸ ਕੀਤਾ ਗਿਆ ਜਾਂ ਇਹ ਵੀ ਇੱਕ ਆਫਰ ਦਿੱਤੀ ਗਈ ਕਿ ਤੁਹਾਨੂੰ ਸਟੇਟ ਸਿਕਿਉਰਿਟੀ ਜਿਹੜੇ ਆਫੀਸਰ ਹੈ ਉਹ ਐਡਵਾਈਜ਼ਰ ਹੈ ਉਹ ਲਗਾਤਾ ਜਾਏਗਾ ਉਹ ਕਹਿੰਦੇ ਇਹ ਤਾਂ ਪੋਸਟ ਹੀ ਨਹੀਂ ਸੀਗੀ ਮੈਂ ਉਹਨਾਂ ਨੂੰ ਕਿਹਾ ਵੀ ਇਹ ਤਾਂ ਪੋਸਟ ਹੀ ਹੈ ਨਹੀਂ ਇੱਥੇ ਤਾਂ ਸਰਕਾਰ ਵੱਲੋਂ ਕਿਹਾ ਗਿਆ ਕਿ ਕੋਈ ਗੱਲ ਨਹੀਂ ਜੀ ਪੋਸਟ ਕ੍ਰੀਏਟ ਕਰ ਲੈਂਦੇ ਹਾਂ ਪੋਸਟ ਕ੍ਰੀਏਟ ਕਰਨਾ ਕਿਹੜਾ ਔਖਾ ਕੰਮ ਹੈ ਤੇ ਪੋਸਟ ਕ੍ਰੀਏਟ ਕਰ ਲੈਂਦੇ ਹਾਂ ਕਹਿੰਦੇ ਮੈਂ ਇਸ ਪੋਸਟ ਦੇ ਉੱਤੇ ਲੱਗਣ ਦੀ ਬਜਾਏ ਫਿਰ ਛੁੱਟੀ ਤੇ ਜਾਣਾ ਹੀ ਜਿਹੜਾ ਹੈ ਉਹ ਜ਼ਿਆਦਾ ਮੁਨਾਸਿਬ ਸਮਝਿਆ ਦੇਖੋ ਭਾਵਰਾ ਸਾਹਿਬ ਇਸ ਵੇਲੇ ਜਿਹੜੀ ਲੜਾਈ ਲੜ ਰਹੇ ਆ ਔਰ ਜਿਸ ਤਿੱਖੇ ਤਰੀਕੇ ਨਾਲ ਲੜ ਰਹੇ ਆ ਇਹਦਾ ਉਦੇਸ਼ ਸਰਕਾਰ ਤੋਂ ਡੀਜੀਪੀ ਦਾ ਦੁਬਾਰਾ ਅਹੁਦਾ ਹਾਸਲ ਕਰਨਾ ਕਰ ਸਕਣਾ ਤਾਂ ਸੰਭਵ ਨਹੀਂ ਦੇਖੋ ਕੈਟ ਦੇ ਵਿੱਚ ਇਹ ਲੜਾਈ ਚੱਲਦੀ ਰਹੂਗੀ ਜੇ ਕੈਟ ਦਾ ਫੈਸਲਾ ਆ ਵੀ ਜਾਂਦਾ ਤਾਂ ਕੋਰਟ 'ਚ ਚਲੇ ਜਾਊਗੀ ਸਰਕਾਰ ਚੱਲ ਜਾਊਗੀ ਸੋ ਭਾਵਰਾ ਸਾਹਿਬ ਨੇ ਇਨ ਦਾ ਮੀਨ ਟਾਈਮ ਰਿਟਾਇਰ ਹੋ ਹੀ ਜਾਣਾ ਸੋ ਸਰਕਾਰ ਦੇ ਕੋਲੋਂ ਕੋਈ ਉਹ ਬਹੁਤ ਬਿਹਤਰ ਉਮੀਦ ਕਰਦੇ ਹੋਣ ਇੰਨੇ ਦੋਸ਼ ਲਾ ਕੇ ਮੇਰੇ ਖਿਆਲ ਉਹ ਤਾਂ ਹੁਣ ਮੁੱਕ ਗਈ ਗੱਲ ਲੇਕਿਨ ਸਵਾਲ ਇਸ ਗੱਲ ਦਾ ਹੈ ਕਿ ਫਿਰ ਕੌਣ ਕਰ ਰਿਹਾ ਤੇ ਕਰਵਾ ਕੌਣ ਰਿਹਾ ਮੈਂ ਇਹ ਤੁਹਾਡੇ ਤੋਂ ਇੰਦਰਪ੍ਰੀਤ ਜੀ ਸਮਝਣਾ ਇਸ ਤੋਂ ਬਾਅਦ ਭਾਸਕਰ ਸਾਹਿਬ ਦੀ ਜਾਣ ਇਹਨਾਂ ਤੋਂ ਨਾਲ ਇਹਨਾਂ ਨੂੰ ਸ਼ਾਮਿਲ ਕਰ ਲਈਏ ਕਿ ਆਖਰ ਕਿੰਨੇ ਸਪੈਸ਼ਲ ਡੀਜੀਪੀ ਇਸ ਵੇਲੇ ਵਰਕਿੰਗ ਨੇ ਪੰਜਾਬ ਦੇ ਵਿੱਚ ਕਿੰਨੇ ਏ ਡੀਜੀਪੀ ਨੇ ਉੱਥੇ ਕਿਸ ਤਰ੍ਹਾਂ ਦੀ ਸ਼ਰੀਕੇਬਾਜ਼ੀ ਕਿਸ ਤਰ੍ਹਾਂ ਦੀ ਸਿਆਸਤ ਆ ਕਿਸ ਤਰ੍ਹਾਂ ਦੀਆਂ ਲੱਤਾਂ ਖਿੱਚਣ ਦੀ ਪ੍ਰਕਿਰਿਆ ਲੈਗ ਪੁਲਿੰਗ ਦਾ ਕਿੰਨਾ ਕੁ ਕਲਚਰ ਹੈ ਇਹ ਸਾਰੀਆਂ ਚੀਜ਼ਾਂ ਵੇਖਦੇ ਹਾਂ ਕਿਉਂਕਿ ਬਹੁਤ ਸਾਰੇ ਲੋਕਾਂ ਕੋਲ ਬਹੁਤ ਛੋਟੇ ਕੰਮ ਨੇ ਕੰਮ ਦੇਣ ਲਈ ਹੈ ਨਹੀਂ ਔਰ ਮੈਨੂੰ ਲੱਗਦਾ ਕਿ ਪੰਜਾਬ 'ਚ ਜਿਵੇਂ ਅਮਨ ਕਾਨੂੰਨ ਦੀ ਸਥਿਤੀ ਕਿਸੇ ਵੇਲੇ ਪੈਦਾ ਹੋ ਜਾਂਦੀ ਆ ਔਰ ਜਿਸ ਤਰੀਕੇ ਨਾਲ ਸਨੈਚਿੰਗ ਤੋਂ ਲੈ ਕੇ ਐਕਸਟ੍ਰੋਸ਼ਨ ਵਰਗੇ ਮਾਮਲੇ ਸਾਹਮਣੇ ਆਉਂਦੇ ਆ ਗੈਂਗਸਟਰਸ ਦੇ ਸਾਹਮਣੇ ਆਉਂਦੇ ਆ ਪੰਜਾਬ ਨੂੰ ਤਾਂ ਕਈ ਜ਼ੋਨਾਂ 'ਚ ਵੰਡ ਕੇ ਡੀਜੀਪੀ ਉਹਨਾਂ ਦੇ ਉੱਤੇ ਇੰਚਾਰਜ ਲਾ ਦੇਣੇ ਚਾਹੀਦੇ ਜਿਹੜੇ ਡੀਜੀਪੀ ਪ੍ਰਮੁੱਖ ਡੀਜੀਪੀ ਨੂੰ ਜਿਹੜਾ ਉਹ ਰਿਪੋਰਟ ਕਰਨ ਖੈਰ ਭਾਸਕਰ ਸਾਹਿਬ ਤੁਸੀਂ ਇਹ ਸਾਰੇ ਕੁਝ ਕੀ ਲੱਭਿਆ ਜਿਹੜੀ ਇਹ ਇਬਾਰਤ ਹੈ ਜੀ ਸਭ ਤੋਂ ਵੱਡੀ ਗੱਲ ਹੈਗੀ ਹੈ ਉਹਨਾਂ ਨੇ ਆਪਣੀ ਪਟੀਸ਼ਨ ਦੇ ਵਿੱਚ ਦੋ ਗੱਲਾਂ ਹੋਰ ਲਿਖੀ ਸੀ ਜਿਹਦਾ ਜ਼ਿਕਰ ਅਸੀਂ ਅੱਜ ਨਹੀਂ ਕੀਤਾ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਉਹਨਾਂ ਨੂੰ ਉਹਨਾਂ ਦੇ ਉੱਤੇ ਸਰਕਾਰ ਦਬਾਅ ਪਾ ਰਹੀ ਸੀਗੀ ਕਿ ਕੁਛ ਪਬਲਿਕ ਫਿਗਰਸ ਦੇ ਖਿਲਾਫ ਕੇਸ ਕਰਨ ਦੀ ਜਾਂ ਕੇਸ ਨਾ ਕਰਨ ਦੀ ਦੂਜੀ ਗੱਲ ਉਹਨਾਂ ਨੇ ਇਹ ਵੀ ਕਹੀ ਸੀ ਕਿ ਸਟੇਟ ਤੋਂ ਬਾਹਰ ਕੁਛ VVIPs ਨੂੰ ਸਿਕਿਉਰਿਟੀ ਦੇਣ ਦੀ ਗੱਲ ਕਰ ਚੱਲੀ ਸੀ ਪੰਜਾਬ ਪੁਲਿਸ ਦੀ ਔਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਹਨਾਂ ਦੋਨਾਂ ਗੱਲਾਂ ਨੂੰ ਕਿਹਦੇ ਨਾਲ ਕਨੈਕਟ ਕਰੋਗੇ ਔਰ DGP ਵਿਰੇਸ਼ ਭਾਵਰਾ ਉਹਨਾਂ ਨਾਲ ਇੱਦਾਂ ਕੁਛ ਹੋਇਆ ਕਿ ਇੱਕ ਤਾਂ ਉਹਨਾਂ ਨੂੰ ਛੁੱਟੀ ਭੇਜਿਆ ਔਰ ਜਦ ਉਹ ਛੁੱਟੀ ਤੋਂ ਵਾਪਸ ਆਉਣਾ ਚਾਹੁੰਦੇ ਸੀ ਤਦ ਵੀ ਉਹਨਾਂ ਦੇ ਉੱਤੇ ਦਬਾਅ ਸੀ ਉਹਨਾਂ ਦੀ ਪਟੀਸ਼ਨ ਦੇ ਵਿੱਚ ਉਹਨੇ ਇਹ ਗੱਲ ਕਹੀ ਹੈ ਕਿ ਜੁਆਇਨ ਨਾ ਕਰਨਾ ਅਗਰ ਜੁਆਇਨ ਕਰੋਗੇ ਤਾਂ ਫਿਰ ਤੁਸੀਂ ਇਲਜ਼ਾਮ ਦੇਖ ਲੈਣਾ ਹੁਣ ਇੱਦਾਂ ਦੇ ਹਾਲਾਤ DGP ਵਰਗੀ ਪੋਸਟ ਦੇ ਉੱਤੇ ਹੋ ਰਹੇ ਨੇ ਇਸ ਤੋਂ ਪਹਿਲੇ ਵੀ ਤੁਹਾਨੂੰ ਯਾਦ ਹੋਏਗਾ ਸਿਧਾਰਥ ਚੱਟੋਪਾਧਿਆ ਔਰ ਸੁਰੇਸ਼ ਅਰੋੜਾ ਉਹਨਾਂ ਦੇ ਵਿੱਚ ਇੱਦਾਂ ਦੀ ਹੀ ਕੁਛ ਟਸਲ ਚੱਲੀ ਸੀ ਪਰ ਕੈਪਟਨ ਅਮਰਿੰਦਰ ਸਿੰਘ ਜਿਹੜੇ ਉਸ ਵਕਤ ਦੇ ਮੁੱਖ ਮੰਤਰੀ ਸੀ ਦੋਨਾਂ ਨੂੰ ਬਾ ਕੇ ਇਸ ਮਾਮਲੇ ਦਾ ਨਿਪਟਾਰਾ ਕਰਤਾ ਸੀ ਪਰ ਇਹ ਨਵੀਂ ਸਰਕਾਰ ਸੀ ਬਦਲਾਅ ਵਾਲੀ ਸਰਕਾਰ ਸੀ ਇਹਨਾਂ ਨੂੰ ਸ਼ਾਇਦ ਇਹ ਨਿਪਟਾਰਾ ਕਰਨਾ ਨਾ ਆਉਂਦਾ ਹੋਏ ਔਰ ਤੁਸੀਂ ਇਹ ਦੇਖੋ ਕਿ ਜਦ ਇਹ ਗੱਲਾਂ ਚੱਲ ਰਹੀ ਸੀ ਉਸ ਤੋਂ ਠੀਕ ਪਹਿਲੇ ਅਨਿਰੁੱਧ ਤਿਵਾਰੀ ਜਿਹੜੇ ਚੀਫ ਸੈਕਟਰੀ ਸੀਗੇ ਉਹਨਾਂ ਨੇ ਵੀ ਆਪਣਾ ਪਦ ਜਦ ਉਹਨਾਂ ਨੂੰ ਹਟਾਇਆ ਗਿਆ ਸੀ ਕੁਝ ਗੱਲਾਂ ਇੱਦਾਂ ਦੀ ਚੱਲੀ ਸੀਗੀ ਕਿ ਉਹਨਾਂ ਨੂੰ ਮੁੱਖ ਮੰਤਰੀ ਤੋਂ ਇਲਾਵਾ ਹੋਰ ਵੀ ਕਈ ਲੋਕਾਂ ਦੇ ਸਾਹਮਣੇ ਜਾ ਕੇ ਪੂਰਾ ਸਰਕਾਰੀ ਰਿਕਾਰਡ ਦੇਣਾ ਪੈਂਦਾ ਹੁਣ ਇੱਦਾਂ ਦੀ ਗੱਲਾਂ ਦੇ ਵਿੱਚ ਇਹ ਗੱਲ ਜਦ ਕੈਟ ਤੋਂ ਨੋਟਿਸ ਹੁੰਦਾ DGP ਗੌਰਵ ਯਾਦਵ ਨੂੰ ਵੀ ਕੱਲ੍ਹ ਨੋਟਿਸ ਕੀਤਾ ਹੈ ਹੁਣ ਉਹਨਾਂ ਨੂੰ ਕਿਸ ਗੱਲ ਦੇ ਉੱਤੇ ਨੋਟਿਸ ਕੀਤਾ ਇਹ ਨਹੀਂ ਪਤਾ ਪਰ ਸਰਕਾਰ ਨੂੰ ਇਹ ਨੋਟਿਸ ਔਰ ਨੋਟਿਸ ਦਾ ਜਵਾਬ ਕਿਸ ਤਰੀਕੇ ਨਾਲ ਉਹ ਕੋਰਟ ਦੇ ਵਿੱਚ ਦਿੰਦੀ ਹੈ ਕਿ ਵੀ ਨਹੀਂ ਜੀ ਅਸੀਂ ਇੱਦਾਂ ਕੁਝ ਨਹੀਂ ਹੋਇਆ ਸੀਗਾ ਫਿਰ ਉਹ ਵੀ ਯਾਦ ਕਰੋ ਜਿਹਦਾ ਜ਼ਿਕਰ ਤੁਸੀਂ ਕਰਕੇ ਹਟੇ ਹੋ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਗੈਂਗਵਾਰ ਕਹਿਣ ਤੋਂ ਬਾਅਦ DGP ਸਾਹਿਬ ਨੂੰ ਸਰਕਾਰ ਨੇ ਕਿਹਾ ਸੀ ਸੇ ਸੋਰੀ ਯਾਨੀ ਮਾਫ਼ੀ ਮੰਗਣ ਦੀ ਵੀ ਗੱਲ ਚੱਲੀ ਸੀ ਔਰ ਮਾਫ਼ੀ ਮੰਗਣੀ ਵੀ ਪਈ ਸੀਗੀ ਇਹਨਾਂ ਸਾਰੀ ਗੱਲਾਂ ਦੇ ਵਿੱਚ ਹੁਣ ਗੌਰਵ ਯਾਦਵ ਉਹਨਾਂ DGP ਜਿਹੜੇ ਹਜੇ ਤੱਕ ਇੱਕ ਤਰੀਕੇ ਨਾਲ ਕਾਰਿਆਕਾਰੀ ਆ ਕਹੀਏ ਐਕਟਿੰਗ DGP ਹੈਗੇ ਨੇ ਇਹਨਾਂ ਨੂੰ ਪੁਰਜ਼ੋਰ ਤਰੀਕੇ ਨਾਲ DGP ਕਦੋਂ ਬਣਾਇਆ ਜਾ ਸਕਦਾ ਔਰ ਉਸ ਪੋਸਟ ਦੇ ਉੱਤੇ ਸਿਰਫ VK ਭਾਵਰਾ ਨਹੀਂ ਹਰਪ੍ਰੀਤ ਸਿੱਧੂ ਉਹਨਾਂ ਦਾ ਵੀ ਇੱਕ ਸੀਗੀ
ਜਿਹੜੀ ਅੰਦਰ ਖਾਤੇ ਕਸਲ ਜ਼ਰੂਰ ਸੀਗੀ, ਉਹਨਾਂ ਨੇ ਇਸ ਕਰਕੇ ਸੈਂਟਰ ਦੇ ਵਿੱਚ ਡੈਪੂਟੇਸ਼ਨ ਤੇ ਜਾਣਾ ਜ਼ਿਆਦਾ ਵਧੀਆ ਸਮਝਿਆ, ਬਲਕਿ ਇੱਥੇ ਬੈਠ ਕੇ ਸਰਕਾਰ ਨਾਲ ਜਾਂ ਕਿਸੇ ਹੋਰ ਮੁੱਦੇ ਦੇ ਉੱਤੇ ਕੋਈ ਅੱਗੇ ਗੱਲ ਜੀ ਤੋਰਨਾ। ਜੀ ਜੀ ਇਸ ਵੇਲੇ ਜਿਹੜਾ ਮੈਂ ਦੇਖ ਰਿਹਾ ਕਿ ਉਹ ਕਹਿੰਦੇ ਨੇ ਕਿ ਜਿਹੜੇ 2 ਸਤੰਬਰ 2022 ਨੂੰ ਉਹਨਾਂ ਨੂੰ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਲਾਇਆ ਸੀ, ਇਹ ਆਰਡਰ ਉਹਨਾਂ ਦੇ ਖਾਰਜ ਕੀਤੇ ਜਾਣ ਤੇ ਉਹਨਾਂ ਨੂੰ ਡੀਜੀਪੀ ਦੇ ਆਪਣੇ ਅਹੁਦੇ ਤੇ ਕਾਰਜਕਾਲ ਪੂਰਾ ਕਰਨ ਦਾ ਮੌਕਾ ਦਿੱਤਾ ਜਾਵੇ, ਉਹਨਾਂ ਦੀ ਮੰਗ ਹੈ। ਹੁਣ ਇਹਦੇ ਵਿੱਚ ਜਿਹੜੀ ਪਟੀਸ਼ਨ ਹੈ ਉਹਦੇ ਤੇ ਟ੍ਰਿਬਿਊਨਲ ਨੇ, ਜਿਹੜਾ ਸੈਂਟਰਲ ਟ੍ਰਿਬਿਊਨਲ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਹੈ, ਉਹਨੇ ਕੇਂਦਰ ਸਰਕਾਰ ਦੇ ਨਾਲ ਨਾਲ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੂੰ, ਪੰਜਾਬ ਸਰਕਾਰ ਨੂੰ ਤੇ ਡੀਜੀਪੀ ਗੌਰਵ ਯਾਦਵ ਨੂੰ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਹੈ ਔਰ ਇਹਦੀ ਸੁਣਵਾਈ ਹੁਣ 15 ਦਸੰਬਰ ਨੂੰ ਹੋਣੀ ਹੈ। ਔਰ ਇਹ ਮਾਮਲੇ ਸਾਰੇ ਵੈਸੇ 1987 ਬੈਚ ਦੇ ਨੇ, ਇਹ ਵੀਕੇ ਭਾਵਰਾ, ਔਰ ਇਹ 8 ਜਨਵਰੀ 2022 ਨੂੰ ਲਾਏ ਗਏ ਸੀ 2 ਸਾਲ ਲਈ ਇਹ ਸਾਰੇ ਮਾਮਲੇ। ਹੁਣ ਇੰਦਰਪ੍ਰੀਤ ਜੀ ਮੈਂ ਜਿਹੜੀ ਗੱਲ ਤੁਹਾਡੇ ਤੋਂ ਸਮਝਣਾ ਚਾਹ ਰਿਹਾ ਸੀਗਾ ਕਿ ਕਿੰਨੇ ਕੁ ਡੀਜੀਪੀ ਜਿਹੜੇ ਇਸ ਵੇਲੇ ਗੌਰਵ ਯਾਦਵ ਸਾਹਿਬ ਦੇ ਨਾਲ ਨਾਲ ਸਮਾਨ ਅੰਤਰ ਸਪੈਸ਼ਲ ਡੀਜੀਪੀ ਨੇ, ਕਈਆਂ ਕੋਲ ਤਾਂ ਬਹੁਤ ਅਹਿਮ ਜ਼ਿੰਮੇਵਾਰੀਆਂ ਨੇ, ਜਿਵੇਂ ਵਰਿੰਦਰ ਕੁਮਾਰ ਜੀ ਕੋਲ 2 ਵੱਡੇ ਅਹੁਦੇ ਨੇ, ਇੱਕ ਤਾਂ ਉਹਨਾਂ ਕੋਲ ਇੰਟੈਲੀਜੈਂਸ ਦਾ ਔਰ ਦੂਜਾ ਉਹਨਾਂ ਕੋਲ ਵਿਜੀਲੈਂਸ ਦਾ, ਔਰ ਉਹ ਕੰਮਕਾਜ ਵੀ ਬੜੀ ਸ਼ਿੱਦਤ ਨਾਲ ਕਰ ਰਹੇ ਨੇ। ਔਰ ਇਸੇ ਤਰੀਕੇ ਨਾਲ ਹੋਰ ਡੀਜੀਪੀ ਅਰਪਿਤ ਸ਼ੁਕਲਾ ਸਾਹਿਬ ਹੁਣ ਅੱਜ ਕੱਲ੍ਹ ਉਹ ਵੀ ਡੀਜੀਪੀ ਬਣ ਗਏ ਸਪੈਸ਼ਲ ਡੀਜੀਪੀ, ਉਹਨਾਂ ਕੋਲ ਲਾ ਐਂਡ ਆਰਡਰ ਹੈ। ਸੋ ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਵੀ ਇੱਕ ਵਾਰੀ ਥੋੜੀ ਜਿਹੀ ਜੇ ਸਾਨੂੰ ਸਾਂਝ ਪਵਾ ਦਿਓ ਤਾਂ ਵਧੀਆ ਰਹੂਗਾ ਜੀ। ਰੰਧਾਵਾ ਸਾਹਿਬ ਦੇਖੋ ਇਸ ਟਾਈਮ ਅਗਰ ਜੇ ਸਟੇਟ ਦੇ ਵਿੱਚ ਦੇਖਿਆ ਜਾਵੇ ਤਾਂ ਅਦਰਵਾਈਜ਼ ਤਾਂ ਸਭ ਤੋਂ ਸੀਨੀਅਰ ਹੁਣ ਦਿਨਕਰ ਗੁਪਤਾ ਨੇ ਜਿਹੜੇ ਇਸ ਟਾਈਮ NIA ਦੇ ਚੀਫ ਨੇ, ਉਸ ਤੋਂ ਬਾਅਦ ਵੀਰੇਸ਼ ਕੁਮਾਰ ਭਾਵਰਾ ਨੇ ਉਹਨਾਂ ਦੇ ਬੈਚ ਦੇ, ਉਹ ਇੱਥੇ ਪੁਲਿਸ ਹਾਊਸਿੰਗ ਕਾਰਪੋਰੇਸ਼ਨ 'ਚ ਲੱਗੇ ਹੋਏ ਆ। ਉਸ ਤੋਂ ਬਾਅਦ ਜਿਹੜੇ ਹੈਗੇ ਨੇ, ਉਸ ਤੋਂ ਬਾਅਦ ਕਈ ਨੇ, ਜ਼ਿਆਦਾਤਰ ਵੈਸੇ ਉਹਨਾਂ 'ਚ ਜਿਵੇਂ ਪਰਾਗ ਜੈਨ ਨੇ ਉਹ ਵੀ ਗਵਰਨਮੈਂਟ ਆਫ ਇੰਡੀਆ 'ਚ ਗਏ ਹੋਏ ਆ, ਹਰਪ੍ਰੀਤ ਸਿੱਧੂ ਨੇ ਉਹ ਵੀ ਗਵਰਨਮੈਂਟ ਆਫ ਇੰਡੀਆ 'ਚ ਗਏ ਹੋਏ ਆ, ਇੱਕ ਸੰਜੀਵ ਕਾਲੜਾ ਸਾਹਿਬ ਇੱਥੇ ਹੈਗੇ ਆ, ਔਰ ਇੱਕ ਜਿਹੜੇ ਹੈਗੇ ਆ ਪ੍ਰਬੋਧ ਕੁਮਾਰ, ਇਹ ਇੱਥੇ ਨੇ ਜਿਹੜੇ ਉਹਨਾਂ ਤੋਂ ਸੀਨੀਅਰ ਵੀ ਨੇ, ਔਰ ਇਸ ਤੋਂ ਇਲਾਵਾ ਮਤਲਬ ਕਿ ਇੱਥੇ ਵੀ ਨੇ ਸਟੇਟ ਦੇ ਵਿੱਚ ਵੀ ਨੇ। ਇਸੇ ਕਰਕੇ ਜਦੋਂ ਵਾਰ ਵਾਰ ਗੱਲ ਉੱਥੇ ਭੇਜਣ ਦੀ ਕੀਤੀ ਜਾਂਦੀ ਹੈ ਕਿ ਇੱਕ ਸੂਚੀ ਭੇਜੀ ਜਾਏ ਤਾਂ ਕਿ ਰੈਗੂਲਰ DGP ਲਗਾਇਆ ਜਾ ਸਕੇ, ਤਾਂ ਦਿੱਕਤ ਉੱਥੇ ਇਹੀ ਆ ਜਾਂਦੀ ਹੈ ਕਿ ਗੌਰਵ ਯਾਦਵ ਤੋਂ ਉੱਪਰ ਹੀ ਘੱਟੋ ਘੱਟ 6 ਬੰਦੇ ਇੱਦਾਂ ਦੇ ਨੇ ਜਿਹੜੇ ਉਹਨਾਂ ਤੋਂ ਸੀਨੀਅਰ ਨੇ। ਯਾਨੀ ਜੇ UPSC ਨੇ 3 ਸੀਨੀਅਰ ਮੋਸਟ ਦਾ ਪੈਨਲ ਭੇਜ ਵੀ ਦਿੱਤਾ ਤਾਂ ਵੀ ਗੌਰਵ ਯਾਦਵ ਹੋਰਾਂ ਦਾ ਨਾਮ ਨਹੀਂ ਆਏਗਾ। ਇਸ ਕਰਕੇ ਗਵਰਨਮੈਂਟ ਦਾ ਇਹ ਹੈ ਵੀ ਆਪਾਂ ਕਾਰਜਕਾਰੀ DGP ਨਾਲ ਕੰਮ ਚਲਾਈ ਜਾਓ, ਉਸ ਤੋਂ ਬਾਅਦ ਜਦੋਂ ਉੱਪਰਲੇ 2-4 ਰਿਟਾਇਰ ਹੋ ਗਏ ਤੇ ਕੋਈ ਇਹੋ ਜਿਹਾ ਮੌਕਾ ਬਣਿਆ ਜਿਸ 'ਚ ਗੌਰਵ ਯਾਦਵ ਹੋਰਾਂ ਦਾ ਨਾਂ ਵੀ ਭੇਜਿਆ ਜਾ ਸਕਦਾ, ਉਦੋਂ ਆਪਾਂ ਇਹਨਾਂ ਨੂੰ ਭੇਜ ਦਾਂਗੇ ਤੇ ਫਿਰ ਗੌਰਵ ਯਾਦਵ ਨੂੰ ਸਥਾਈ ਤੌਰ ਤੇ DGP ਲਗਾ ਲਾਂਗੇ। ਸੋ ਇੱਕ ਤਾਂ ਇਹ ਕਿ ਸਾਰੀ ਕਵਾਇਦ ਜਿਹੜੀ ਹੈ ਉਹ ਗੌਰਵ ਯਾਦਵ ਨੂੰ DGP ਰੱਖਣ ਦੀ ਹੀ ਚੱਲ ਰਹੀ ਹੈ, ਇਸੇ ਕਰਕੇ ਹਜੇ ਤੱਕ ਉਹਨਾਂ ਨੂੰ ਕਾਰਜਕਾਰੀ ਹੀ ਲਗਾ ਰੱਖਿਆ। ਭਾਸਕਰ ਸਾਹਿਬ ਅੱਗੇ ਚੱਲਦੇ, ਮੈਨੂੰ ਕੇਜਰੀਵਾਲ ਸਾਹਿਬ ਦੇ ਦਰਦ ਦੀ ਥਾਂ ਪਾਉਣੀ ਸਮਝ ਨਹੀਂ ਆ ਰਹੀ ਕਿੱਦਾਂ ਪਾਵਾਂ। ਤੁਸੀਂ ਦਿੱਲੀ ਤੋਂ ਆਉਂਦੇ ਹੋ, ਦਿੱਲੀ ਦੀ ਮਾਨਸਿਕਤਾ ਨੂੰ ਬਹੁਤ ਬਿਹਤਰ ਸਮਝ ਸਕਦੇ ਹੋ, ਹੁਣ ਤਾਂ ਤੁਸੀਂ ਪਿਓਰ ਪੰਜਾਬੀ ਹੋ ਗਏ ਹੋ, ਸਾਡੇ ਨਾਲੋਂ ਮੁਹਾਵਰੇ ਜ਼ਿਆਦਾ ਠੇਠ ਬੋਲ ਲੈਂਦੇ ਹੋ, ਭਾਵੇਂ ਭਾਸ਼ਾ ਤਾਂ ਉਨੀ ਕੀ ਕਰ ਜਾਂਦੇ ਹੋ ਥੋੜਾ ਬਹੁਤਾ, ਪਰ ਦਿੱਲੀ ਦੀ ਮਾਨਸਿਕਤਾ, ਆਖੇ ਤੁਸੀਂ ਜੇਲ੍ਹ ਵੀ ਜਾਓ ਮੁੱਖ ਮੰਤਰੀ, ਤੁਸੀਂ ਕੈਬਨਿਟ ਮੀਟਿੰਗ ਜੇਲ੍ਹ 'ਚ ਕਰ ਲਿਆ ਕਰਾਂਗੇ ਜਾ ਕੇ। ਸੋ ਪੂਰੀ ਭਾਵੁਕਤਾ ਦਿਖਾਈ ਗਈ ਆ, ਇਹਦਾ ਮਤਲਬ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਦੀ ਤਿਆਰੀ ਜੇ ਕਿਸੇ ਨੇ ਕੀਤੀ ਹੋਵੇ ਤੇ ਉਹਨਾਂ ਨੂੰ ਦੱਸਿਆ ਜਾ ਰਿਹਾ, ਅਸੀਂ ਮੁੱਖ ਮੰਤਰੀ ਨਹੀਂ ਜਾਣ ਦੇਣਾ। ਮੈਂ ਤਾਂ ਸੋਚਦਾ ਸੀ ਕਿ ਉਹਨਾਂ ਦੇ ਮੈਸੇਜ ਸੁਨੀਤਾ ਜੀ, ਸ਼ਾਇਦ ਉਹਨਾਂ ਨੂੰ CM ਬਣਨ ਦਾ ਇੱਕ ਸਿਰਫ ਹਾਸਲ ਹੋ ਜੇ, ਬੋਰਡ ਲੱਗੇ ਹੁੰਦੇ ਆ CM ਆਫਿਸ ਦੇ ਪਿੱਛੇ, ਇੰਨੇ ਤੋਂ ਇੰਨੇ ਤੱਕ ਫਲਾਣਾ, ਇੰਨੇ ਤੋਂ ਇੰਨੇ ਤੱਕ ਫਲਾਣਾ। ਸੋ ਜਿਹੜੇ ਕੱਲ ਉੱਥੇ ਪ੍ਰਕਿਰਿਆ ਜਾਰੀ ਸੀ, ਇਹਨੂੰ ਪੂਰੇ ਸੰਦਰਭ ਵਿੱਚ, ਕੰਟੈਕਸਟ ਵਿੱਚ, ਵਿਰੋਧਾਭਾਸ ਵਿੱਚ ਕਿਵੇਂ ਦੇਖੀਏ? ਨਵਿਆਂ ਨੂੰ ਵਾਰੀ ਨਹੀਂ ਮਿਲਦੀ। ਦੇਖੋ 30 ਤਰੀਕ ਨੂੰ, 30 ਅਕਤੂਬਰ ਨੂੰ ਜਦੋਂ ਮਨੀਸ਼ ਸਿਸੋਦੀਆ ਉਹਨਾਂ ਦੀ ਸੁਪਰੀਮ ਕੋਰਟ ਤੋਂ ਬੇਲ ਰਿਜੈਕਟ ਹੋਈ ਔਰ 338 ਕਰੋੜ ਦੀ ਮਨੀ ਟ੍ਰੇਲ ਦੀ ਗੱਲ ਹੋਈ, ਉਸ ਤੋਂ ਚੰਦ ਘੰਟੇ ਬਾਅਦ ਕੇਜਰੀਵਾਲ ਉਹਨਾਂ ਨੂੰ ED ਨੇ ਭੇਜਤਾ ਸੰਮਨ, ਨਵੰਬਰ 2 ਨੂੰ ਸ਼ਾਮ ਪੇਸ਼ ਹੋ। ਔਰ ਜਦ ਇਹ ਨਵੰਬਰ 2 ਨੂੰ ਪੇਸ਼ ਹੋਣ ਦੀ ਗੱਲ ਚੱਲ ਰਹੀ ਸੀ, ਉਸ ਤੋਂ ਇੱਕ ਦਿਨ ਪਹਿਲੇ ਜਿਹੜੇ ਦਿੱਲੀ ਦੇ ਆਮ ਆਦਮੀ ਪਾਰਟੀ ਦੇ MLAs ਨੇ ਉਹਦੇ ਵਿੱਚ ਇੱਕ ਡਿਸਕਸ਼ਨ ਦੀ ਗੱਲ ਅਸੀਂ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਡਿਸਕਸ ਕੀਤੀ ਸੀ ਕਿ ਕੇਜਰੀਵਾਲ ਉਹਨਾਂ ਅਗਰ ਅੰਦਰ ਚਲੇ ਜਾਂਦੇ ਨੇ ਤਾਂ ਮੁੱਖ ਮੰਤਰੀ ਕੌਣ ਬਣੇਗਾ। ਕੁਛ ਗੱਲਾਂ ਚੱਲੀਆਂ ਉਹਨਾਂ ਦੀ ਪਤਨੀ ਬਣ ਸਕਦੀ ਹੈ, ਫਿਰ ਕੁਛ ਮਿਨਿਸਟਰ ਦੀ ਵੀ ਗੱਲਾਂ ਚੱਲੀਆਂ। ਇਸ ਮੁੱਦੇ ਦੇ ਉੱਤੇ ਕੇਜਰੀਵਾਲ ਉਹਨਾਂ ਨਵੰਬਰ 2 ਨੂੰ ਉਸ ED ਦੇ ਸਾਹਮਣੇ ਪੇਸ਼ ਤੇ ਨਹੀਂ ਹੋਏ ਔਰ ਉਸ ਸੰਮਨ ਨੂੰ ਇਲੀਗਲ ਕਹਿ ਕੇ ਉਹਨਾਂ ਨੇ ਫਿਲਹਾਲ
टाइम गैप पा लिया, पर यह गल उन्होंने भी पता है कि आने वाले 2 4 दिनों के 15 दिनों के यह संबंध दोबारा इशू होएगा तो उन्होंने अल्टीमेटली जाना ही पेगा। उस गल की तैयारी करने वास्ते कल एक जी लैजिस्लेटिव मीटिंग ग्रुप है वो मीटिंग बुलाएगी। उस मीटिंग एक सीन जहा बनाया गया, केजरीवाल साहब स्पीकर साहब के नाल एक डायस से चढ़ के बह गए और बाकी प्रजा यानी MLA सारे एक एक करके सारे ने अपनी अपनी गल रखी और गल इदा रखी जिदा कहें ना कि भी राजा तुसी हो हुण भावें तुहाडी खड़ाऊ नाल आपां राज कर लांगे लेकिन राजा तुसी रहोगे और तुहाडी सीट यानी मुख्यमंत्री दी कुर्सी कोई नहीं लै सकदेगा। सारे MLA ने वध चढ़ के यह गल कही कि किसी के कहने के उत्ते गल कही या उन्हां दी दिल की आवाज सी यह तो सानू नहीं पता, यह तो वह आप ही जानते होणगे। पर जिहड़े अतीशी मंत्री बनी ने बड़े इंपोर्टेंट उन्हां कोल पोर्टफोलियो भी हैगे उन्होंने तो यह क्या इत्थे तक कहता कि यह जिहड़े सानू वोट मिलने ने दिल्ली दे विच 3 4 बार सरकार बनी है वह इस करके बनी है कि यह किसी पार्टी या सिंबल वास्ते नहीं, यानी पार्टी नूं भी उन्होंने पिछा करता। यह तो केजरीवाल साहब के नूं मुख्यमंत्री बनाने वास्ते सारे वोट मिले ने और केजरीवाल साहब तो अलावा कोई भी मुख्यमंत्री नहीं बन सकता। जे केजरीवाल उन्होंने जेल विच भी जाना पिया तो फिर जेल दे विच ही असीं कोर्टां तों परमिशन मंगांगे कि सारी इंपोर्टेंट फाइलां जेल दे विच भेजियां जाण और कैबिनेट की मीटिंग भी जेल विच होए। इहदी आपां पूरी तैयारी और कोर्ट तों किस तरीके नाल लीगल हार्डिंग्स नूं पार करना है। और सौरभ भारद्वाज दूजे जिहड़े नवे नवे मंत्री बने ने उन्होंने तो इत्थे तक कहता कल नूं साडा भी नंबर लगना है, गेट जेल नंबर 1 च मैं, जेल नंबर 2 दे विच दूजा मंत्री, 3 4 5 6 तो उहदे विचों एक जेल दे विच केजरीवाल साहब होणगे ते आपां कैबिनेट मीटिंग उत्थों ही करांगे। और आने वाले टाइम विच आ जिहड़ा कल दा सीन है उहदे विच सौरभ भारद्वाज भी कहिंदे ने कि हजे तक इदां दा कोई इंसीडेंट नहीं हैगा, कोई उदाहरण नहीं हैगा जिहदे विच किसी सिटिंग चीफ मिनिस्टर नूं सिर्फ ट्रायल स्टेज दे उत्ते जेल च पाया गया। और बीजेपी वाले किथे पिछे रहने सी उन्होंने भी नाल ही लालू प्रसाद यादव उन्हों का एग्जाम्पल देता कि उन्होंने भी CBI ने इस जो चारा घोटाला सीगा उस स्कैम दे विच जदों मुख्यमंत्री सी तो उन्होंने अंदर जाना पिया सी तो उन्होंने रिजाइन करता सी, राबड़ी देवी उन्होंने मुख्यमंत्री उन्होंने बनाया सीगा। यानी यह एक कवायद आम आदमी पार्टी दे विच चल रही है कि हुण आपां खड़ाऊआं दे राही राज करना है, मुख्यमंत्री साहब की चप्पलां उत्थे रख दित्ती जाण ते उहदे हिसाब नाल फिर अगे चल के वो चप्पलां नूं मत्था टेकी जाओ ते बाद चो जद तक वो जेल च रहिंदे ने ते ए जी इंद्रप्रीत दिल्ली दी सरकार हुण उदां चल रही है। जी, भास्कर साहब ने सीन तां क्रिएट करता। मैनूं लगदा कि केजरीवाल साहब ने जिहड़ी चिट्ठी लिखी सी ED नूं और ये कहा सी कि ये वापस लो समन, और उन्होंने सब तो अहम गल लिखी सी कि अगे दिवाली आ रही है तो मेरे रुझेवें बड़े। ED जां समर्थ अथॉरिटीज ने जां तुसीं सरकार कह लो, ये फैसला किया कि कल नूं फिर दोष आना है कि तां सियासी वंडेटा पोलिटिकल बदला हो रही है। तो उन्होंने कहा भी दिवाली तो बाद सही। मैनूं लग्या जिहड़ी ये चुप है ना, ये दोष तो रहित होने लई है कि इन्होंने मांग की सी मैं दिवाली तक बिजी हाँ, असीं दिवाली तक पुछे ही नहीं, सानूं कोई काली नहीं, कानून अपना काम कर रहा जी। जिहड़े BJP दे दिल्ली दे एक अहुदेदार प्रधान की रहे उस जिहड़े सिंगर भी सीगे भोजपुरी कौन सीगे, उन्होंने कहा सी भी हुण केजरीवाल तां फड़े जाणगे, यही इन्होंने दे विच। हाँ, मनोज तिवाड़ी तो केजरीवाल ये सारी प्ली ली जा रही सी ना कि देखो पिछों तो BJP करा रही है, जो BJP कहती वो ED ते CBI कर दी। सो मैनूं लगता कि केजरीवाल साहब दे पत्तर नूं पूरा सत्कार मिलिया, इस गल दा उन्हां नूं भी ये अंदाजा है, उन्हां दी पार्टी नूं भी केजरीवाल साहब ने इसे करके सारे बिठाए सी। दिवाली ते आई खड़ी, दिवाली भी कित्थे सुजदी हुंदी इंद्रप्रीत जी, जे पता होवे ना इहो जिहा दिन त्योहार को मिथ लईए ना, वैसे तत्ते घा बंदा फड़िया फुड़िया जावे जां अंदर चल जाए जां पुछ गिछ हो जाए गल होर हुंदी, जदों वेट करनी ना उदों नींद भी नहीं आउंदी, भावें 2 गोलियां खा लो नींद वालियां। ते मैनूं लगदा केजरीवाल साहब तां घुट दारू भी नहीं पीते, दारू दे ही ते मामले सारे। वो कल जिक्र होण डिया सिद्धू साहब कहिंदे इन्नी कमाई इन्नी कमाई, मैं कहा भी हुण बंदा जिहड़ा 2 पैग जां 3 पैग पी लैंदा उहनूं 5 पियाओगे, जिन्ने पंजाब च पीण वाले उह तां सारे पी रहे आ। हुण जां तां बहुत महंगी कर दो ट्रिपल गुणा जे तुसीं रेवीन्यू वधाउणा, जां सारिआं नूं कहो भी जिहड़ा कितें 2 पैग लाउंदा उह 5 पैग लाया करे, फिर सरकार नूं फायदा हुंदा। सो गल हासे ठट्ठे च लै गया, जदों कल कैबिनेट जुड़ी पंजाब दी, केजरीवाल साहब दा मामला तां है ही है, ते केजरीवाल साहब ने भगवंत मान साहब दे फैसलिआं नूं अगे वधाता भी देखो आपां बजुर्गां नूं सैर सूर कराउणी आ, धार्मिक यात्रा कराउणी आ, और ये आखिरी सुपने हुंदे जी,
ਇੰਦਰਪ੍ਰੀਤ ਜੀ, ਇਹਦੇ ਉੱਤੇ ਦੂਜੇ ਮੁੱਖ ਮੰਤਰੀਆਂ ਦੇ ਬੜੀ ਢਿੱਡ ਪੀੜ ਹੋਈ, ਕਹਿੰਦੇ ਤੁਹਾਡੀ ਨਹੀਂ ਸਾਡੀ ਸਕੀਮ ਸੀ, ਕੀ ਕਹਿੰਦੇ ਹੋ? ਅਸਲ 'ਚ ਰੰਧਾਵਾ ਸਾਹਿਬ ਹੋਇਆ ਇਹ ਕਿ ਇਸ ਯੋਜਨਾ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਇੱਕ ਟਵੀਟ ਕਰਤਾ ਕਿ ਇਹ ਪਹਿਲੀ ਸਰਕਾਰ ਹੈ ਜਿਹਨੇ ਇੱਦਾਂ ਦੀ ਤੀਰਥ ਯਾਤਰਾ ਕਰਵਾਈ ਹੈ। ਸਭ ਤੋਂ ਪਹਿਲਾਂ ਤਾਂ ਸੁਖਬੀਰ ਬਾਦਲ ਹੋਰਾਂ ਨੇ ਕੀਤਾ, ਉਹਨਾਂ ਨੇ ਤਾਂ ਸਵੇਰੇ ਹੀ ਕਰਤਾ ਕਿ 2016 'ਚ ਜਦੋਂ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਸੀਗੇ ਤਾਂ ਅਸੀਂ ਇਹ ਯੋਜਨਾ ਸ਼ੁਰੂ ਕੀਤੀ ਸੀਗੀ। ਤੇ ਉਦੋਂ ਫਿਰ ਸ਼ਿਵਰਾਜ ਚੌਹਾਨ ਕਿਹੜਾ ਪਿੱਛੇ ਸੀਗੇ, ਉਹਨਾਂ ਨੇ ਵੀ ਕਹਿਤਾ ਵੀ ਜਦ ਦੀ ਤੁਹਾਡੀ ਆਮ ਆਦਮੀ ਪਾਰਟੀ ਤਾਂ ਉਦੋਂ ਪੈਦਾ ਵੀ ਨਹੀਂ ਸੀ ਹੋਈ ਜਦੋਂ ਤਾਂ ਇਹ ਮੱਧ ਪ੍ਰਦੇਸ਼ ਦੇ ਵਿੱਚ ਯੋਜਨਾ ਚੱਲ ਰਹੀ ਹੈ, ਯਾਨੀ ਅਸੀਂ ਤਾਂ 2012-13 ਤੋਂ ਯੋਜਨਾ ਚਲਾ ਰਹੇ ਹਾਂ। ਤੇ ਨਾਲ ਦੀ ਨਾਲ ਫਿਰ ਜਿਹੜੇ ਹਰਿਆਣਾ ਵਾਲੇ ਹੈਗੇ ਆ ਖੱਟਰ ਸਾਹਿਬ, ਉਹਨਾਂ ਨੇ ਵੀ ਨਾਲ ਹੀ ਟਵੀਟ ਉਹਦੇ ਰਿਟਵੀਟ ਕਰਦੇ ਹੋਏ ਕਹਿਤਾ ਕਿ ਨਹੀਂ ਜੀ, ਇਹ ਯੋਜਨਾ ਅਸੀਂ ਪਹਿਲਾਂ ਚਲਾਈ ਹੈ, ਇੱਥੇ ਹਰਿਆਣੇ ਦੇ ਵਿੱਚ ਚੱਲ ਰਹੀ ਹੈ, ਤੇ ਨਾਲ ਜੇ ਤੁਹਾਨੂੰ ਕੋਈ ਦਿੱਕਤ, ਮੈਨੂੰ ਲੱਗਦਾ ਕਹਿੰਦੇ ਵੀ ਤੁਹਾਨੂੰ ਹਜੇ ਪ੍ਰਸ਼ਾਸਨ ਚਲਾਉਣਾ ਆ ਨਹੀਂ ਰਿਹਾ, ਜੇ ਤੁਹਾਨੂੰ ਕੋਈ ਲੋੜ ਹੋਵੇ ਤਾਂ ਮੈਨੂੰ ਦੱਸ ਦੇਣਾ, ਅਸੀਂ ਤੁਹਾਨੂੰ ਸਹਿਯੋਗ ਕਰ ਸਕਦੇ ਹਾਂ ਉਹਦੇ 'ਚ, ਕੋਈ ਇਹੋ ਜਿਹੀ ਗੱਲ ਨਹੀਂ, ਕਹਿੰਦੇ ਮੈਂ ਸਹਿਯੋਗ ਲਈ ਤਿਆਰ ਹਾਂ। ਸੋ ਸਾਰੀ ਯੋਜਨਾ ਜਿਹੜੀ ਹੈਗੀ ਆ ਉਹਦੇ 'ਤੇ ਕ੍ਰੈਡਿਟ ਕਿਵੇਂ ਲੈਣਾ ਹੈ, ਇੱਕ ਤਾਂ ਇਹ ਚੱਲ ਪਿਆ, ਅਤੇ ਪਹਿਲਾਂ ਕਿਹਨੇ ਚਲਾਈ ਉਹਦਾ ਕ੍ਰੈਡਿਟ ਕਿਹਨੇ ਲੈਣਾ ਹੈ, ਉਹਦੇ ਉੱਤੇ ਚੱਲ ਰਹੀ ਹੈ ਗੱਲ। ਦੂਜੀ ਇਹ ਮੈਨੂੰ ਇਹ ਹਜੇ ਤੱਕ ਨਹੀਂ ਸਮਝ ਆਇਆ, ਮੈਂ ਕਿਸੇ ਉਸ 'ਚ ਦੇਖਿਆ ਵੀ ਨਹੀਂ ਕਿ ਕਿਸੇ ਵੀ ਸਰਕਾਰ ਦੇ ਆਮ ਲੋਕਾਂ ਨੇ ਇਹ ਕਦੀ ਡਿਮਾਂਡ ਕੀਤੀ ਹੈ ਉੱਥੇ ਦੇ ਬਜ਼ੁਰਗਾਂ ਨੇ ਕਿ ਜੀ ਸਾਨੂੰ ਆਹ ਯੋਜਨਾ ਦਿਓ, ਅਸੀਂ ਬਾਹਰ ਜਾਣਾ ਹੁੰਦਾ ਹੈ ਅਤੇ ਸਾਨੂੰ ਆਹ ਦਿਓ, ਅਸੀਂ ਵੀ ਜਾ ਕੇ ਆਈਏ, ਆਨੰਦਪੁਰ ਸਾਹਿਬ ਜਾ ਕੇ ਆਈਏ ਜਾਂ ਨੰਦੇੜ ਸਾਹਿਬ ਜਾ ਕੇ ਆਈਏ ਜਾਂ ਕਿਤੇ ਹੋਰ ਜਾ ਕੇ ਆਈਏ, ਸਾਨੂੰ ਵੀ ਉੱਥੇ ਜਾਣ ਦਾ ਮੌਕਾ ਦਿਓ। ਮੈਨੂੰ ਨਹੀਂ ਲੱਗਦਾ ਵੀ ਹਜੇ ਤੱਕ ਕਿਸੇ ਵੀ ਉਹਦੇ ਕੀਤੀ ਹੈ, ਪਰ ਐਨ ਇਲੈਕਸ਼ਨਾਂ ਤੋਂ ਪਹਿਲਾਂ ਸਰਕਾਰਾਂ ਜਾਂ ਪਾਰਟੀਆਂ ਨੂੰ ਬੜੀ ਯਾਦ ਆ ਜਾਂਦੀ ਹੈ ਬਜ਼ੁਰਗਾਂ ਦੀ ਵੀ ਇਹਨਾਂ ਨੂੰ ਸੈਰ ਕਰਾਈ ਜਾਏ, ਕਿਉਂਕਿ ਤੁਸੀਂ ਦੇਖੋ ਰੰਧਾਵਾ ਸਾਹਿਬ, ਮੈਂ ਪਹਿਲਾਂ ਵੀ ਇਸ ਉਹਦੇ 'ਚ ਹੀ ਕਹਿ ਚੁੱਕਿਆ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਖਜ਼ਾਨੇ ਵਿੱਚੋਂ ਪੈਸੇ ਕੱਢ ਕੇ ਵੋਟਾਂ ਖਰੀਦਣ ਦਾ ਇੱਕ ਤਰੀਕਾ ਆ ਗਿਆ, ਉਹ ਇਸ ਕਰਕੇ ਸਾਰੀਆਂ ਪਾਰਟੀਆਂ ਜਿਹਨੂੰ ਕਹਿੰਦੇ ਬੀ ਲਾਈਨ ਬਣਾ ਕੇ ਉਸੇ ਪਾਸੇ ਨੂੰ ਹੀ ਤੁਰੀਆਂ ਪਈਆਂ ਨੇ। ਹੁਣ ਇਸ ਦੇ ਉੱਤੇ ਕੱਲ੍ਹ ਹਰਪਾਲ ਚੀਮਾ ਹੁਣੀ ਕਹਿ ਰਹੇ ਸੀਗੇ ਕਿ ਜਿਹੜੀ ਅਸੀਂ ਇਹ ਯੋਜਨਾ ਲਾਗੂ ਕੀਤੀ ਹੈ ਜਾਂ ਕਰਨੀ ਹੈ ਉਹਦੇ 40 ਕਰੋੜ ਰੁਪਏ ਖਰਚ ਆਉਣਗੇ। ਉਹਨਾਂ ਨੇ ਇੱਕ ਕੈਬਨਿਟ ਸਬ ਕਮੇਟੀ ਵੀ ਬਣਾਈ ਹੈ, ਅਮਨ ਅਰੋੜਾ ਜਿਹੜੇ ਹੈਗੇ ਆ ਉਹਨਾਂ ਦੀ ਚੇਅਰਮੈਨਸ਼ਿਪ ਦੇ ਅੰਦਰ, ਉਹ ਕਮੇਟੀ ਇਹ ਤੈਅ ਕਰੇਗੀ ਕਿ ਜਿੰਨੇ ਤਾਂ ਅਸੀਂ ਰੱਖ ਲਿਆ ਵੀ ਆਹ 7-8 ਉਹਨਾਂ ਨੇ ਗਿਣਾਏ ਵੀ ਸੀ ਤੀਰਥ ਸਥਲ, ਉਸ ਤੋਂ ਇਲਾਵਾ ਵੀ ਜੇਕਰ ਕੋਈ ਹੈਗੇ ਨੇ ਜਿੱਥੇ ਕੋਈ ਲੋਕ ਜਾਣਾ ਚਾਹੁੰਦੇ ਨੇ ਉਹ ਵੀ ਸਾਨੂੰ ਦੱਸੇ, ਉਹ ਇੱਕ ਕਮੇਟੀ ਦੱਸੇਗੀ ਤਾਂ ਅਸੀਂ ਉਹਨੂੰ ਇੰਪਲੀਮੈਂਟ ਕਰ ਦਾਂਗੇ। ਪਹਿਲਾਂ 216 ਕਰੋੜ ਰੁਪਇਆ ਜਿਹੜਾ ਹੈਗਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਖਰਚ ਕੀਤਾ, ਉਹਦੇ 'ਚੋਂ ਮੈਕਸੀਮਮ ਪੈਸਾ ਦਿੱਤਾ ਹੀ ਨਹੀਂ ਗਿਆ। ਉਹਨਾਂ ਨੂੰ ਯਾਦ ਆ ਮਨਪ੍ਰੀਤ ਬਾਦਲ ਹੋਣੀ ਜਦੋਂ ਫਾਈਨਾਂਸ ਮਿਨਿਸਟਰ ਬਣੇ ਸੀ ਤਾਂ ਬੜਾ ਰੌਲਾ ਪਾ ਰਹੇ ਸੀ ਕਿ ਇਹਨਾਂ ਨੇ ਵਾਹ ਵਾਹ ਤਾਂ ਆਪਣੀ ਖੱਟ ਲਈ, ਪੈਸੇ ਹੁਣ ਸਾਨੂੰ ਦੇਣੇ ਪੈਣੇ ਆ ਇਹਦੇ, ਕਿਉਂਕਿ 9 ਕਰੋੜ ਰੁਪਇਆ ਹੀ ਪੰਜਾਬ ਰੋਡਵੇਜ਼ ਦਾ ਪੈਂਡਿੰਗ ਸੀ ਉਦੋਂ, ਤੇ 9 ਕਰੋੜ ਰੁਪਇਆ ਹੀ PRTC ਦਾ ਵੀ ਪੈਂਡਿੰਗ ਸੀ, ਬਾਕੀ ਜਿਹੜੇ ਹੋਰਾਂ ਦੇ ਖਰਚੇ ਸੀ ਉਹ ਅਲੱਗ ਤੋਂ ਨੇ। ਤਾਂ ਮੈਂ ਇਹ ਗੱਲ ਕਰ ਰਿਹਾ ਵੀ ਬਿਨਾਂ ਮੰਗ ਤੋਂ ਇਲੈਕਸ਼ਨਾਂ ਦੇ ਬਿਲਕੁਲ ਕੋਲ ਇਹ ਇਸ ਤਰ੍ਹਾਂ ਦੀਆਂ ਸਕੀਮਾਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਦਾ ਇੱਕ ਆਪਣਾ ਪਰਪਸ ਹੁੰਦਾ ਹੈ ਜਿਹੜਾ ਪੋਲੀਟੀਕਲ ਪਾਰਟੀਆਂ ਨੇ ਉਹ ਸਰਵ ਕਰਨਾ ਹੈ। ਹੁਣ ਉਹ ਉਸਦਾ ਕਿੰਨਾ ਕੁ ਫਾਇਦਾ ਉਠਾਉਂਦੇ ਨੇ ਇਸ ਤੋਂ ਵੀ ਅੰਦਾਜ਼ਾ ਲਗਾਉਣਾ ਚਾਹੀਦਾ ਹੈ ਵੀ ਜੇ 2016 ਦੇ ਵਿੱਚ ਬਾਲ ਸਾਹਿਬ ਨੇ 216 ਕਰੋੜ ਰੁਪਏ ਖਰਚ ਕਰਕੇ ਇੰਨੇ ਲੋਕਾਂ ਨੂੰ ਉੱਥੇ ਪਹੁੰਚਾਇਆ, ਸੀਟਾਂ ਤਾਂ ਉਹਨਾਂ ਦੀਆਂ 15 ਰਹਿ ਗਈਆਂ, ਵੀ ਜਾਂ ਤਾਂ ਸੀਟਾਂ ਵੀ ਪਤਾ ਲੱਗਦਾ ਵੀ 15 ਦੀ ਬਜਾਏ 59 ਆ ਗਈਆਂ ਦੁਬਾਰਾ, ਫਿਰ ਤਾਂ ਇਸ ਯੋਜਨਾ ਦਾ ਕੋਈ ਫਾਇਦਾ ਵੀ ਹੋਣਾ ਸੀ। ਜੇ ਸੀਟਾਂ 15 ਹੀ ਰਹਿ ਗਈਆਂ ਤਾਂ ਫਿਰ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਯੋਜਨਾ ਇਹ ਕਾਰਗਰ ਸਾਬਤ ਹੁੰਦੀਆਂ ਨੇ, ਕਿਉਂਕਿ ਲੋਕ ਇੰਨੇ ਭੋਲੇ ਨਹੀਂ ਹੈ ਕਿ ਤੁਸੀਂ ਉਹਨਾਂ ਨੂੰ ਇੱਕ ਜਗ੍ਹਾ ਤੇ ਸੈਰ ਕਰਾ ਕੇ ਉਹਨਾਂ ਦਾ ਵੋਟ ਖਰੀਦ ਲਓਗੇ। ਲੋਕ ਸਿਆਣੇ ਹੋ ਗਏ ਹੈ ਤੇ ਜਦੋਂ ਉਹ ਸਬਕ ਸਿਖਾਉਣ ਤੇ ਆਉਂਦੇ ਹੈ ਤਾਂ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਮਨਪ੍ਰੀਤ ਬਾਦਲ, ਸੁਖਬੀਰ ਬਾਦਲ ਸਾਰੇ ਤਰ੍ਹਾਂ ਦੇ ਲੀਡਰਾਂ ਨੂੰ ਪਟਕਨੀ ਦੇ ਕੇ ਵੀ ਸਬਕ ਸਿਖਾ ਸਕਦੇ ਆ ਔਰ ਉੱਥੇ ਬਿਲਕੁਲ ਨਵੇਂ ਨਵੇਂ ਮੁੰਡਿਆਂ ਨੂੰ ਜਿਤਾ ਸਕਦੇ ਆ। ਇਹ ਗੱਲ ਮੈਨੂੰ ਲੱਗਦਾ ਕਿ ਪੋਲੀਟੀਸ਼ੀਅਨਾਂ ਨੂੰ ਥੋੜ੍ਹੀ ਯਾਦ ਰੱਖਣੀ ਚਾਹੀਦੀ ਹੈ ਵੀ ਇਹ ਜਿਹੀਆਂ ਚੀਜ਼ਾਂ ਕਰਕੇ ਨਹੀਂ ਖਰੀਦੀਆਂ ਜਾ ਸਕਦੀਆਂ ਵੋਟਾਂ। ਵੋਟਾਂ ਤਾਂ ਤੁਹਾਡੇ ਲੋਕ ਕੰਮਾਂ ਕਾਰਾਂ ਨੂੰ ਪਾਉਂਦੇ ਆ ਜਿਨ੍ਹਾਂ ਨਾਲ ਲੋਕਾਂ ਨੂੰ ਫਾਇਦਾ ਹੋਵੇ। ਇੰਦਰਪ੍ਰੀਤ ਜੀ, ਜੇ ਕੋਈ 7-4 ਬਜ਼ੁਰਗ ਕਿਤੇ ਬੈਠੇ ਹੋਏ ਨਾ, ਉਹ ਉਹਨਾਂ ਨੇ ਕਹਿਣਾ ਸਾਨੂੰ ਸੁਣਦੇ ਆ, ਉਹ ਕਾਕਾ ਚੁੱਪ ਕਰੋ, ਉਹ ਕਿਹੜੀ ਤੁਸੀਂ ਬਚਤ ਕਰਾਉਣ ਲੱਗੇ ਹੋ, ਅਖਬਾਰ ਦੇ ਕਿਸੇ ਸਫ਼ੇ ਤੇ ਹੀ ਰੋੜ ਦੇਣੀ ਹੈ ਜਿਹੜੀ ਬਾਅਦ 'ਚ ਪੈਰਾਂ 'ਚ ਰੁਲਦੀ ਰਹਿਣੀ ਹੈ, ਉਹ ਸਾਨੂੰ 4 ਦਿਨ ਝੂਟੇ ਲੈਣ ਦਿਓ। ਮੇਰਾ ਮਤਲਬ ਸਿਰਫ ਇੰਨੀ ਕੁ ਮੰਗ ਰੱਖਦੀ ਹੈ ਸਰਕਾਰ ਅੱਗੇ
ਵੀ ਬੱਸਾਂ ਰੋਡਵੇਜ ਦੀਆਂ ਰੂਟੀਨ ਵਾਲੀਆਂ ਨਹੀਂ ਜਾਣੀਆਂ ਚਾਹੀਦੀਆਂ। ਵੋਲਵੋ ਬੱਸਾਂ ਦੇ ਉੱਤੇ ਬਜ਼ੁਰਗਾਂ ਨੂੰ ਸਫ਼ਰ ਕਰਾਓ ਜੇ ਕਰਾਉਣਾ ਹੀ ਆ ਤਾਂ। ਫਿਰ ਜਿਹੜੀਆਂ ਏਅਰਪੋਰਟ ਨੂੰ ਜਾਂਦੀਆਂ ਸਾਰੀਆਂ ਰੋਕ ਕੇ ਬਜ਼ੁਰਗ ਚੜਾਓ, ਕਦੇ ਕਦੇ ਸਾਨੂੰ ਵੀ। ਉਮਰ ਦਾ ਤਾਂ ਨਹੀਂ ਰੱਖਿਆ ਇੰਦਰਪ੍ਰੀਤ ਜੀ, ਆਪਾਂ ਵੀ ਘੁੰਮ ਫਿਰ ਆਈਏ, ਨਹੀਂ ਤਾਂ ਚਲੋ ਖੈਰ। ਸਿਟੀਜ਼ਨਸ ਵਾਸਤੇ ਹੀ ਹੈ। ਅੱਛਾ ਫਿਰ ਰਹਿਣ ਦਿਓ, ਅੰਦਰ ਜਾਓਗੇ ਤਾਂ ਚੀਫ ਸੈਕਟਰੀ ਸਾਹਿਬ ਨੂੰ ਕਹਿ ਕੇ ਆਇਓ ਵੀ ਵੋਲਵੋ ਬੱਸਾਂ ਦੀ ਸਕੀਮ ਜਿਹੜੀ ਆ ਅਪਰੂਵ ਕਰਾਓ। ਖੈਰ ਭਾਸਕਰ ਸਾਹਿਬ ਅੱਗੇ ਵਧਿਆ। ਉਹ ਤਾਂ ਕੱਲ ਚੀਮਾ ਸਾਹਿਬ ਨੇ ਕਹਿਤਾ ਹੈ ਕਿ ਅਸੀਂ ਏਸੀ ਬੱਸਾਂ ਵੀ ਭੇਜਿਆ ਕਰਾਂਗੇ। ਨਹੀਂ ਭੇਜਿਆ ਕਰਾਂਗੇ, ਫਿਰ ਤੁਸੀਂ ਵੰਡ ਪਾਓਗੇ, ਫਿਰ ਤੁਸੀਂ ਲੜਾਈਆਂ ਕਰਾਓਗੇ। ਕਿਹਨੂੰ ਦੂਜੀ ਚ ਭੇਜੋਗੇ, ਕਿਹਨੂੰ? ਇਹ ਜਿਹੜੀ ਏਸੀ ਬੱਸ ਆ ਉਹਨੂੰ ਉਹਨੂੰ ਠੰਡਿਆ ਨਹੀਂ ਕਰਨਾ, ਮਤਲਬ ਇਹ ਨਹੀਂ ਕਿ ਸਰਦੀ ਦੇ ਵਿੱਚ ਏਸੀ ਚਲਾ ਦੋ, ਉੱਥੇ ਹੀਟਰ ਚਲਾਉਣੇ। ਚਲੋ ਆਪਾਂ ਉਹਨੂੰ ਛੱਡ ਗਿਆ। ਇਹਦੇ ਉੱਤੇ ਵੀ ਪਾਰਟੀਬਾਜ਼ੀ ਹੋ ਜਾਏਗੀ ਕਿ ਬਈ ਉਹ ਜਿਹੜਾ ਆਮ ਆਦਮੀ ਪਾਰਟੀ ਦਾ ਵਾਲੰਟੀਅਰ ਸੀਗਾ ਉਹਦੇ ਬੋੜੇ ਨੂੰ ਤੇ ਏਸੀ ਬੱਸ ਵਿੱਚ ਭੇਜਿਆ ਸੀਗਾ ਕਿ ਸਾਨੂੰ ਏਸੀ ਬੱਸ ਨਹੀਂ। ਇਹਦੇ ਉੱਤੇ ਵੀ ਪਿੰਡਾਂ ਦੇ ਵਿੱਚ ਲੜਾਈਆਂ ਸ਼ੁਰੂ ਹੋ ਜਾਣੀ। ਨਹੀਂ ਆਪਾਂ ਹੁਣ ਨਹੀਂ ਦੇਣੀ ਆ ਭਾਸਕਰ ਸਾਹਿਬ, ਨਜ਼ਰ ਰੱਖਾਂਗੇ ਬਣਾ ਕੇ, ਜਿੱਥੇ ਕਿਤੇ ਬੱਸ ਜਾਂਦੀ ਹੈ ਇਹੋ ਜੀ ਰੋਕ ਕੇ ਪੁੱਛਾਂਗੇ ਵੀ ਇਹ ਵੋਲਵੋ ਹੈ ਕਿ ਨਹੀਂ ਤੇ ਇਹਦੇ ਚ ਕੌਣ ਕੌਣ ਬੈਠੇ ਆ। ਇੰਦਰਪ੍ਰੀਤ ਜੀ ਮੈਨੂੰ ਥੋੜੀ ਜਿਹੀ ਇੱਕ ਸਾਂਝ ਪਾ ਦਿਓ, ਫਿਰ ਭਾਸਕਰ ਸਾਹਿਬ ਕੋਲ ਇੱਕ ਲੰਬੀ ਸਾਰੀ ਫਹਿਰਿਸਤ ਆ ਉੱਤੇ ਜਾਣਾ। ਜਿਹੜੀ ਗਵਰਨਰ ਵਾਲੀ ਗੱਲ ਸੀ ਉਹਦੇ ਚ ਕੋਈ ਟਿੱਪਣੀ ਕੱਲ ਦੀ ਰਹਿ ਗਈ ਹੋਵੇ, ਕਿਉਂਕਿ ਕੱਲ ਦੋਨਾਂ ਹੀ ਧਿਰਾਂ ਨੂੰ ਉੱਥੇ ਕਾਫੀ, ਮੈਨੂੰ ਲੱਗਦਾ ਉਹ ਆਬਜ਼ਰਵੇਸ਼ਨ ਬੜੀਆਂ ਸਟ੍ਰਿਕ ਸੀਗੀਆਂ। ਸੁਪਰੀਮ ਕੋਰਟ ਐਵੇਂ ਨਹੀਂ, ਸੁਪਰੀਮ ਕੋਰਟ ਇਹਨੂੰ ਐਵੇਂ ਨਹੀਂ ਇੰਨਾ ਸਨਮਾਨ ਮਿਲਦਾ, ਉਹਨਾਂ ਨੇ ਕਿਸੇ ਨੂੰ ਨਹੀਂ ਬਖਸ਼ਿਆ, ਕੋਈ ਲਿਹਾਜ ਲਿਹੁਜ ਨਹੀਂ ਕੀਤਾ, ਦੋਨੇ ਧਿਰਾਂ ਹੀ ਮੈਨੂੰ ਲੱਗਦਾ ਬਕਾਇਦਾ ਰਗੜੀਆਂ ਨੇ ਤੇ 10 ਨੂੰ ਅਜੇ ਹੋਰ ਰਗੜੀਆਂ ਜਾਣੀਆਂ। ਬਿਲਕੁਲ, ਉਹਨਾਂ ਨੇ ਜਿਹੜਾ ਸੁਪਰੀਮ ਕੋਰਟ ਨੇ ਜਿਹੜਾ ਸੀਜੀਆਈ ਦੀ ਮੈਂ ਉਹ ਪੜ੍ਹ ਰਿਹਾ ਸੀ ਟਿੱਪਣੀਆਂ, ਉਹ ਬੜੀਆਂ ਸਟੀਕ ਨੇ। ਤਾਂ ਜਿਹੜਾ ਤਾਂ ਪਹਿਲਾਂ ਉਹਨਾਂ ਨੂੰ ਉਹਨਾਂ ਨੇ ਗਵਰਨਰ ਦੇ ਵਕੀਲ ਨੂੰ ਯਾਨੀ ਸੋਲਿਸਿਟਰ ਜਨਰਲ ਨੂੰ ਕਿਹਾ ਕਿ ਹਰ ਵਾਰੀ ਉਹਨਾਂ ਨੇ ਐਕਚੁਅਲੀ ਦੋ ਕਿਹਾ ਸੀ ਵੀ ਅਸੀਂ ਦੋ ਬਿੱਲ ਹੋਰ ਪਾਸ ਕਰਦੇ ਜੀ। ਉਹ ਕਹਿੰਦੇ ਵੀ ਜਦੋਂ ਸਰਕਾਰ ਇੱਥੇ ਆ ਜਾਂਦੀ ਹੈ ਉਹਦੀ ਤੁਸੀਂ ਗਵਰਨਰ ਕਿਉਂ ਇਸ ਤੇ ਐਕਟ ਕਰਨਾ ਸ਼ੁਰੂ ਕਰਦੇ ਆ, ਪਹਿਲਾਂ ਹੀ ਕਿਉਂ ਨਹੀਂ ਕਰਦੇ? ਜਦੋਂ ਸਰਕਾਰ ਤੁਹਾਡੇ ਕੋਲ ਅਪਰੋਚ ਕਰਦੀ ਹੈ ਉਦੋਂ ਹੀ ਤੁਸੀਂ ਕਿਉਂ ਨਹੀਂ ਇਹ ਪਾਸ ਕਰਦੇ? ਉਹ ਕਹਿੰਦੇ ਜੀ ਮੈਂ ਤੇਰੀ ਤਾਜ਼ਾ ਸਥਿਤੀ ਜਿਹੜੀ ਹੈ ਇਸ ਤੋਂ ਜਾਣੂ ਕਰਾਊਂਗਾ ਜੀ ਸ਼ੁੱਕਰਵਾਰ ਤੱਕ। ਉਹ ਹੁਣ ਸ਼ੁੱਕਰਵਾਰ ਪੈ ਗਈ ਹੈ, ਪਰ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਨੁਕਤਾ ਜਿਹੜਾ ਐਕਚੁਅਲੀ ਗਵਰਨਰ ਸਾਹਿਬ ਨੇ ਉਠਾਇਆ ਹੋਇਆ, ਗਵਰਨਰ ਸਾਹਿਬ ਦੇ ਵਕੀਲਾਂ ਨੇ ਜੋ ਉਠਾਇਆ ਹੋਇਆ, ਉਹ ਹੈਗਾ ਕਿ ਸੈਸ਼ਨ ਦਾ ਪ੍ਰੋਰੋਗ ਹੋਣਾ। ਉਸ ਦੇ ਉੱਤੇ ਵੀ ਗੱਲ ਹੋਈ ਵੀ ਜਦੋਂ ਬਜਟ ਸੈਸ਼ਨ ਖਤਮ ਹੋ ਗਿਆ ਤਾਂ ਪ੍ਰੋਰੋਗ ਤਾਂ ਕੀਤਾ ਹੀ ਨਹੀਂ ਇਹਨਾਂ ਨੇ ਜੀ, ਅਗਲਾ ਸੈਸ਼ਨ ਵੀ ਉਹਦੇ ਵਿੱਚ ਹੀ ਮਿਕਸ ਕਰਤਾ। ਤਾਂ ਜਿਹੜੇ ਚੀਫ ਜਸਟਿਸ ਉਹਨਾਂ ਨੇ ਕਿਹਾ ਹੈ ਕਿ ਹਰ 6 ਮਹੀਨੇ ਬਾਅਦ, ਕੰਸਟੀਟਿਊਸ਼ਨ ਮੁਤਾਬਕ ਹਰ 6 ਮਹੀਨੇ ਬਾਅਦ ਇੱਕ ਸੈਸ਼ਨ ਹੋਣਾ ਜ਼ਰੂਰੀ ਹੈ। ਹੁਣ ਤੁਸੀਂ ਪ੍ਰੋਰੋਗ ਤਾਂ ਕੀਤਾ ਨਹੀਂ ਤੇ ਨਵਾਂ ਸੈਸ਼ਨ ਜਿਹੜਾ ਇੱਕ ਬੁਲਾ ਲਿਆ ਇਸੇ ਤਰ੍ਹਾਂ ਹੀ, ਕੀ ਇਹ ਸੰਵਿਧਾਨ ਦੇ ਅਨੁਸਾਰ ਹੈ? ਸਾਨੂੰ ਇਹਦੇ ਬਾਰੇ ਵੀ ਦੱਸਿਆ ਜਾਏ। ਹੁਣ ਉਹਨਾਂ ਦੇ ਜਿਹੜੇ 10 ਤਰੀਕ ਨੂੰ ਹੁਣ ਦੁਬਾਰਾ ਨਵੀਂ ਬਹਿਸ ਹੋਣੀ ਹੈ ਉਸ ਤੇ ਇਹਨਾਂ ਚੀਜ਼ਾਂ ਦੇ ਉੱਤੇ ਵੀ ਗੱਲਾਂ ਆਉਣੀਆਂ ਨੇ। ਕਿਉਂਕਿ ਆਪਾਂ ਜੇ ਬਾਰ ਬਾਰ ਇਹ ਗੱਲ ਕਰ ਰਹੇ ਸੀ ਵੀ ਪ੍ਰਥਾਵਾਂ ਇਹ ਹੈਗੀਆਂ ਨੇ ਕਿ ਉਹ ਕਰ ਸਕਦੇ ਆ, ਪਰ ਅਗਲੇ ਸੈਸ਼ਨ ਤੋਂ ਪਹਿਲਾਂ ਪਹਿਲਾਂ ਕੀ ਇਹ ਪ੍ਰੋਰੋਗ ਕਰਨਾ ਜ਼ਰੂਰੀ ਨਹੀਂ ਹੈ? ਇਹ ਵੀ ਜਿਹੜਾ ਇੱਕ ਕੁਐਸਚਨ ਸੁਪਰੀਮ ਕੋਰਟ ਨੇ ਉਠਾਇਆ, ਮੈਨੂੰ ਲੱਗਦਾ ਕਿ ਇਹ ਵੀ ਬਹੁਤ ਵੈਲਿਡ ਕੁਐਸਚਨ ਹੈ, ਕਿਉਂਕਿ ਦੋ ਸੈਸ਼ਨਾਂ ਦੇ ਵਿੱਚ 6 ਮਹੀਨੇ ਦਾ ਗੈਪ ਹੋਣਾ ਜ਼ਰੂਰੀ ਹੈ ਇਹ ਕੰਸਟੀਟਿਊਸ਼ਨ ਕਹਿੰਦਾ। ਹੁਣ ਉਹਦੇ 'ਚ ਪ੍ਰੋਰੋਗ ਪਹਿਲਾਂ ਕਰਨਾ ਹੈ ਕਿ ਉਸੇ ਨੂੰ ਕੰਟੀਨਿਊ ਕਰਕੇ ਦੂਜਾ ਵੀ ਕਰ ਦੇਣਾ ਨਾਲ ਹੀ, ਇਹਦੇ ਉੱਤੇ ਹਜੇ ਕੋਈ ਮਤਲਬ ਸਾਡੇ ਕੋਲ ਜਵਾਬ ਹੈ ਨਹੀਂ ਹੈ। ਹੁਣ ਦੋਨੋਂ ਜਿਹੜੇ ਧਿਰਾਂ ਹੈਗੀਆਂ ਨੇ ਉਹ ਸੁਪਰੀਮ ਕੋਰਟ ਦੇ ਉੱਤੇ ਜਵਾਬ ਦੇਣਗੀਆਂ ਤੇ ਸੁਪਰੀਮ ਕੋਰਟ ਦੀ ਜਿਹੜੀ 3 ਮੈਂਬਰੀ ਬੈਂਚ ਹੈ ਇਹ ਇਸ ਦੇ ਉੱਤੇ ਵੀ ਫੈਸਲਾ ਕਰੇਗੀ। ਕਿਉਂਕਿ ਏਦਾਂ ਦਾ ਜਿਵੇਂ ਮੈਂ ਕੱਲ੍ਹ ਕਿਹਾ ਸੀ, ਕਈ ਵਾਰੀ ਨਵੇਂ ਨੁਕਤੇ ਆ ਜਾਂਦੇ ਆ, ਕੰਸਟੀਟਿਊਸ਼ਨ ਨੂੰ ਨਵੇਂ ਸਿਰੇ ਤੋਂ ਪ੍ਰਭਾਸ਼ਿਤ ਕਰਨ ਦੀ ਵੀ ਲੋੜ ਪੈ ਜਾਂਦੀ ਹੈ, ਤਾਂ ਉਹ ਨਵੇਂ ਸਿਰੇ ਤੋਂ ਪ੍ਰਭਾਸ਼ਿਤ ਹੋਣਗੀਆਂ ਚੀਜ਼ਾਂ ਇਹ। ਇਹ ਤਾਂ ਟਿੱਪਣੀਆਂ ਨੇ, ਆਬਜ਼ਰਵੇਸ਼ਨਸ ਨੇ, ਜਦੋਂ ਜੱਜਮੈਂਟ ਆਉਣੀ ਹੈ ਪਤਾ ਨਹੀਂ ਹੁੰਦਾ ਉਹਦੇ ਵਿੱਚ ਕੀ ਆਉਣਾ, ਉਹ ਇੱਕ ਵੱਖਰੇ ਐਂਗਲ ਤੋਂ ਆਉਂਦੀ ਜਦੋਂ ਉਹ ਤੱਥ ਪੇਸ਼ ਹੁੰਦੇ ਜੋ ਕਾਗਜ਼ ਤੇ ਹੁੰਦੇ ਆ। ਮੋਟੇ ਤੌਰ ਦੇ ਉੱਤੇ ਜੇਕਰ ਇਹ ਦੇਖਿਆ ਜਾਵੇ ਤਾਂ ਬਜਟ ਸੈਸ਼ਨ ਤੋਂ ਬਾਅਦ ਮੌਨਸੂਨ ਸੈਸ਼ਨ ਜਾਂ ਫਿਰ ਸਰਦ ਰੁੱਤ ਦਾ ਸਮਾਗਮ, ਇਹ ਸਾਰੇ ਜਿਹੜੇ ਕਿੱਥੇ ਚਲੇ ਗਏ? ਸਵਾਲ ਤਾਂ ਇਹ ਉਠਾਏ ਜਾ ਰਹੇ ਆ ਤੇ ਉਧਰ ਗਵਰਨਰ ਬਿੱਲ ਦੱਬ ਕੇ ਕਿਉਂ ਬੈਠੇ ਰਹਿੰਦੇ ਆ? ਜਿਹੜੀ ਚੁਣੀ ਹੋਈ ਆ ਲੋਕਾਂ ਦੇ ਇੰਨੇ ਭਾਰੀ ਬਹੁਮਤ ਨਾਲ ਆਈ ਸਰਕਾਰ ਆ, ਤੁਸੀਂ ਉਹਨੂੰ ਟਿੱਚ ਜਾਣ ਦਿਓ। ਇਹਨਾਂ ਦੋਨਾਂ ਚੀਜ਼ਾਂ ਨੂੰ ਐਡਰੈਸ ਕੀਤਾ ਜਾ ਰਿਹਾ, ਸੰਵਿਧਾਨਕ ਵਿਆਖਿਆਵਾਂ ਤੇ ਨਾਲ ਦੀ ਨਾਲ ਰੋ ਰੀਤਾਂ ਤੇ ਨਾਲ ਦੀ ਨਾਲ ਤਾਕਤਵਰ ਕੌਣ? ਤੁਸੀਂ ਚੁਣੇ ਹੋਏ ਨਹੀਂ ਹੋ, ਇਹ ਟਿੱਪਣੀ ਬੜੀ ਸਟੀਕ ਆ, ਤੁਸੀਂ ਚੁਣੇ ਹੋਏ ਨਹੀਂ ਹੋ, ਸਰਕਾਰ ਕੋਈ ਹੋਰ ਆ, ਸਰਕਾਰ ਹੋਣ ਦਾ ਭਰਮ ਮਤ ਪਾਲੋ, ਸਿੱਧੇ ਲਫ਼ਜ਼ਾਂ ਦੇ ਵਿੱਚ ਇਹ ਆ। ਪਰ ਜੱਜਮੈਂਟ 'ਚ ਕੀ ਆਉਂਦਾ ਅਗਲੇ ਦਿਨਾਂ 'ਚ ਇਹ ਦੇਖਣ ਵਾਲੀ ਗੱਲ ਆ, ਕਿਉਂਕਿ ਕੇਰਲ ਔਰ ਤੇਲੰਗਾਨਾ, ਤਮਿਲਨਾਡੂ ਕਈ ਲੋਕ ਲਾਈਨ 'ਚ ਲੱਗੇ ਹੋਏ ਆ, ਉਹ ਕਹਿੰਦੇ ਸਾਨੂੰ ਫੈਸਲੇ ਦਿਓ। ਭਾਸਕਰ ਸਾਹਿਬ ਅੱਗੇ ਚੱਲਦੇ ਆ, ਇਹਦੇ 'ਤੇ ਕੋਈ ਟਿੱਪਣੀ ਤਾਂ ਵੈਲਕਮ। ਨਾਲ ਦੀ ਨਾਲ ਹੀ ਆਪਾਂ ਗੱਜਣ ਮਾਜਰਾ ਸਾਹਿਬ ਕੱਲ੍ਹ ਚਲੇ ਗਏ ਹਸਪੀਟਲ, ਉਹਨਾਂ ਨੂੰ ਈਡੀ ਨੇ ਚੰਗੇ ਭਲੇ ਚੱਲਦੇ ਪ੍ਰੋਗਰਾਮ ਦੇ ਵਿੱਚ ਤੇ ਐਮਐਲਏ ਸਾਹਿਬ ਹੋਣ ਡਈ ਸੀ, ਸਲੂਟ ਵੱਜਣ ਡਏ ਸੀ, ਬਾਹੋਂ ਫੜ ਕੇ ਲੈ ਗਏ ਬਗਾਨੇ ਪੁੱਤ।
ਨਾਲ ਦੀ ਨਾਲ ਹੀ ਬੰਟੀ ਰਮਾਣਾ ਦਾ ਮਾਮਲਾ ਵੀ ਕੱਲ ਮੈਂ ਦੇਖ ਰਿਹਾ ਸੀ, ਉਹ ਪ੍ਰੈਸ ਕਾਨਫਰੰਸ ਕਰ ਰਹੇ ਸੀ। ਅੱਜ ਇੱਕ ਇੱਕ ਅਖਬਾਰ ਹੈ ਅੰਗਰੇਜ਼ੀ ਦੀ, ਉਹ ਲਿਖ ਰਹੀ ਹੈ ਕਿ ਅਦਾਲਤ ਨੇ ਕਿਹਾ ਕਿ ਸਿਆਸੀ ਬਦਲਾਖੋਰੀ ਹੈ। ਔਰ ਇਹਦੇ ਨਾਲ ਹੀ ਖਹਿਰਾ ਸਾਹਿਬ ਨੂੰ ਕੋਈ ਰਾਹਤ ਨਹੀਂ ਮਿਲੀ। ਦੀਵਾਲੀ ਲੱਗਦੀ, ਪਟਾਕਿਆਂ ਦੀ ਆਵਾਜ਼ ਦੂਰੋਂ ਹੀ ਸੁਣਦੀ, ਜੇਲ੍ਹ ਦੇ ਵਿੱਚ ਹੀ ਸੁਣੋਗੀ। ਤੇ ਨਾਲ ਹੀ ਸੰਗਤ ਸਿੰਘ ਗਿੱਲ ਜੀ ਆ, ਜਿਨ੍ਹਾਂ ਦਾ ਸਰਕਾਰ ਵਾਲ ਵੀ ਵਿੰਗਾ ਨਹੀਂ ਕਰ ਸਕੀ। ਵਿਜੀਲੈਂਸ ਸਭ ਇੱਧਰ ਉੱਧਰ ਹੀ ਰਹਿ ਗਏ, ਐਵੇਂ ਧਰਮਸੋਤ ਦੇ ਦੁਆਲੇ ਦੁਆਲੇ ਗੇੜੀਆਂ ਨਿਕਲੀ ਗਈਆਂ ਸਾਰੀਆਂ। ਇਹ ਚਾਰ ਕੁ ਖਬਰਾਂ ਹੈਗੀਆਂ ਨੇ ਭਾਸਕਰ। ਵੈਸੇ ਇੰਦਰਪ੍ਰੀਤ ਜੀ ਪਟਵਾਰੀਆਂ ਨਾਲ ਖੁਸ਼ ਨਹੀਂ ਲੱਗਦੇ, ਖਬਰ ਛੱਡ ਕੇ। ਹੁਣ ਤੁਸੀਂ ਭਾਸਕਰ ਸਾਹਿਬ ਜਰਾ ਸਾਂਝ ਵਧਾ ਦਿਓ ਚਾਰ ਚੀਜ਼ਾਂ ਨਾਲ। ਦੇਖੋ ਕੱਲ ਵੈਸੇ ਜਿਹੜੀ ਗਵਰਨਰ ਸਾਹਿਬ ਔਰ ਮੁੱਖ ਮੰਤਰੀ ਦੇ ਵਿੱਚ ਜਿਹੜਾ ਕੇਸ ਹੈਗਾ ਸੁਪਰੀਮ ਕੋਰਟ ਦੀ, ਤੇ ਮਤਲਬ ਇਦਾਂ ਲੱਗਦਾ ਜਿੱਦਾਂ ਕਹਿੰਦੇ ਨੱਚਣ ਤੋਂ ਪਹਿਲੇ ਹੋਕਾ ਦੇਵਾਂਗੇ। ਯਾਨੀ 10 ਨਵੰਬਰ ਦੀ ਡੇਟ ਰੱਖਣ ਤੋਂ ਪਹਿਲੇ ਜਿਹੜੇ ਤੁਸ਼ਾਰ ਮਹਿਤਾ ਸੀਗੇ ਉਹ ਕਹਿੰਦੇ ਸ਼ੁੱਕਰਵਾਰ ਸ਼ਾਮ ਤੱਕ ਗਵਰਨਰ ਸਾਹਿਬ ਉਹਨਾਂ ਸਾਰੇ ਪੈਂਡਿੰਗ ਬਿੱਲਾਂ ਦੇ ਉੱਤੇ ਕੋਈ ਨਾ ਕੋਈ ਡਿਸੀਜਨ ਲੈ ਲਾਂਗੇ। ਤੇ ਉਹਨਾਂ ਨੇ ਨਾਲ ਦੇ ਨਾਲ ਹੀ ਕਹਿਤਾ ਚਲੋ ਸ਼ੁੱਕਰਵਾਰ ਤੱਕ ਲੈ ਲੈਣਗੇ ਤੇ ਆਪਾਂ ਫਿਰ 9 ਤਰੀਕ ਦੀ ਡੇਟ ਦੇ ਦਈਏ। ਔਰ 9 ਤਰੀਕ ਦੀ ਡੇਟ ਦੇ ਵਿੱਚ ਹੁਣ ਅੱਗੇ ਚੱਲ ਕੇ ਜੋ ਕੁਝ ਹੋਣਾ ਹੈ, ਮੈਨੂੰ ਇਹ ਲੱਗਦਾ ਹੈ ਕਿ ਵੀ ਦੋਨਾਂ ਨੂੰ ਇੱਕ ਸੁਝਾਅ ਜ਼ਰੂਰ ਦਿੱਤੇ ਨੇ। ਉਸ ਸੁਝਾਅ ਦੇ ਉੱਤੇ ਹੁਣ ਗਵਰਨਰ ਸਾਹਿਬ ਵੀ ਤੇ ਮੁੱਖ ਮੰਤਰੀ ਸਾਹਿਬ ਵੀ ਜ਼ਰੂਰ ਕੰਮ ਕਰ ਰਹੇ ਹੋਣਗੇ। ਹੁਣ ਗੱਜਣ ਮਾਜਰਾ ਸਾਹਿਬ ਕੋਲ ਜਾਈਏ। ਈਡੀ ਨੇ ਕੱਲ੍ਹ ਫੜ ਲਿਆ ਜਦ ਉਹ ਇੱਕ ਆਪਣੇ ਵਾਲੰਟੀਅਰਸ ਨਾਲ ਆਪਣੇ ਅਮਰਗੜ੍ਹ ਦੇ ਵਿਕਾਸ ਦੇ ਵਾਸਤੇ ਮੀਟਿੰਗ ਕਰ ਰਹੀ ਸੀ। ਈਡੀ ਦੀ ਟੀਮ ਸਪੈਸ਼ਲੀ ਜਲੰਧਰੋਂ ਗਈ ਤੇ ਜਾਂਦੇ ਹੀ ਉਹਨਾਂ ਨੇ ਕਿਹਾ ਜੀ ਚਲੀਏ, ਜਿੱਦਾਂ ਆਸ਼ੂ ਉਹਨਾਂ ਨੂੰ ਵਿਜੀਲੈਂਸ ਵਾਲਿਆਂ ਨੇ ਕਿਹਾ ਸੀ ਨਾ ਚਲੋ ਚਲੀਏ, ਉਦਾਂ ਦਾ ਹੀ ਕੁਛ ਉੱਥੇ ਵੀ ਹੋਇਆ। ਔਰ ਉਹਨਾਂ ਨੂੰ ਲੈ ਕੇ ਉਹ ਜਲੰਧਰ ਦੇ ਦਫ਼ਤਰ ਆ ਗਏ। ਉਹ ਰਾਤ ਦੇਰ ਰਾਤ ਉਹਨਾਂ ਦੀ ਤਬੀਅਤ ਖਰਾਬ ਹੋ ਗਈ, ਉਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਹਸਪੀਟਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ। ਪਰ ਉਸ ਤੋਂ ਪਹਿਲੇ ਕੀ ਹੋਇਆ ਔਰ ਇਸ ਕੇਸ ਦੀ ਬੈਕਗ੍ਰਾਉਂਡ ਕੀ ਹੈ? ਇਹ ਪਹਿਲੀ ਵਾਰ ਨਹੀਂ ਹੈ ਜਦ ਈਡੀ ਵਾਲੇ ਗਜਨ ਮਾਰਜਰਾ ਉਹਨਾਂ ਦੇ ਘਰ ਗਏ ਹੁਣ ਰੇਡ ਪਾਉਣ। ਸਪਟੈਂਬਰ 22 ਸਪਟੈਂਬਰ 22 ਨੂੰ ਵੀ, ਯਾਨੀ 2022 ਦੇ ਵਿੱਚ ਵੀ ਈਡੀ ਨੇ ਰੇਡ ਪਾਈ ਸੀ। ਉਸ ਟਾਈਮ ਵੀ 32 ਲੱਖ ਰੁਪਏ ਉਹਨਾਂ ਦੇ ਘਰੋਂ ਫੜੇ ਸੀ। ਔਰ ਇਹ ਮਾਮਲਾ ਹੈਗਾ ਇੱਕ ਲੋਨ ਨੂੰ ਲੈ ਕੇ, ਜਦ 35 ਕਰੋੜ ਦਾ ਲੋਨ ਉਹਨਾਂ ਨੂੰ ਬੈਂਕ ਆਫ ਇੰਡੀਆ ਨੇ ਦਿੱਤਾ ਸੀ। ਔਰ ਕੰਪਲੇਂਟ ਵੀ ਉਸ ਵਕਤ ਬੈਂਕ ਆਫ ਇੰਡੀਆ ਦੀ ਸੀ। ਇਸ ਤੋਂ ਪਹਿਲੇ ਸੀ ਬੀ ਆਈ ਨੇ ਵੀ ਉਹਨਾਂ ਦੇ ਉੱਤੇ ਰੇਡ ਪਾਈ ਸੀ। ਔਰ ਉਸ ਦੇ ਵਿੱਚ ਵੀ ਕੰਪਲੇਨੈਂਟ ਬੈਂਕ ਆਫ ਇੰਡੀਆ ਹੀ ਸੀਗਾ, ਜਦ ਉਹਨਾਂ ਦੇ ਘਰੋਂ 16.57 ਲੱਖ ਰੁਪਏ ਰਿਕਵਰ ਕੀਤੇ ਸੀ। ਔਰ ਉਸ ਤੋਂ ਇਲਾਵਾ ਫੋਰਨ ਕਰੰਸੀ ਦੀ ਵੀ ਗੱਲ ਚੱਲੀ ਸੀ ਔਰ ਕੁਛ ਪ੍ਰੋਪਰਟੀ ਦੇ ਡਾਕੂਮੈਂਟ ਦੀ ਵੀ ਗੱਲ ਚੱਲੀ ਸੀ। ਇਹ ਸਾਰਾ ਮਾਮਲਾ ਹੈਗਾ ਹੈ, ਲੋਨ ਦਿੱਤਾ ਸੀ ਤਾਰਾ ਕਾਰਪੋਰੇਸ਼ਨ ਲਿਮਿਟਡ ਨੂੰ, ਜਿਹੜਾ 35 ਕਰੋੜ ਦਾ ਲੋਨ ਕਹਿ ਰਿਹਾ। ਔਰ ਬਾਅਦ ਚੋਂ ਇਹ ਲੋਨ ਵੱਧ ਕੇ 76 ਕਰੋੜ ਦਾ ਹੋ ਗਿਆ ਸੀ, ਕਿਉਂਕਿ ਡਿਫਾਲਟਰ ਹੋ ਗਈ ਸੀਗੀ ਤਾਰਾ ਕਾਰਪੋਰੇਸ਼ਨ ਲਿਮਿਟਡ, ਜਿਹਨੂੰ ਬਾਅਦ ਚੋਂ ਨਾਂ ਚੇਂਜ ਕਰਕੇ ਬਿਨਾਂ ਇਨਫੋਰਮ ਕੀਤੇ ਹੋਏ ਉਹਨਾਂ ਬੈਂਕਾਂ ਨੂੰ ਇਹਦਾ ਨਾਂ ਚੇਂਜ ਕਰ ਦਿੱਤਾ ਗਿਆ ਸੀ। ਔਰ ਇਸ ਨਾਂ ਚੇਂਜ ਕਰਨ ਦੇ ਵਿੱਚ ਇਹਦਾ ਨਾਂ ਰੱਖਤਾ ਸੀ ਮਲੰਦ ਐਗਰੋ ਲਿਮਿਟਡ। ਔਰ ਜਿਹੜੇ ਡਾਇਰੈਕਟਰ ਸੀਗੇ, ਡਾਇਰੈਕਟਰ ਇਹਦੇ ਜਸਵੰਤ ਸਿੰਘ ਗੱਜਣ ਮਾਜਰਾ, ਉਹਨਾਂ ਦੇ ਭਰਾ ਵੀ ਸੀ ਬਲਵੰਤ ਸਿੰਘ, ਕੁਲਵੰਤ ਸਿੰਘ ਤੇ ਤੇਜਿੰਦਰ ਸਿੰਘ। ਇਹਨਾਂ ਵਿੱਚੋਂ ਜਿਹੜੇ ਜਸਵੰਤ ਸਿੰਘ ਗੱਜਣ ਮਾਜਰਾ MLA ਸਾਹਿਬ, ਇਹਨਾਂ ਨੇ ਰਿਜ਼ਾਈਨ ਕੀਤਾ ਸੀ, ਜਦਕਿ ਫੈਕਟ ਇਹ ਸੀਗਾ ਪ੍ਰਿੰਸੀਪਲ ਲੋਨ ਐਪਲੀਕੈਂਟ ਇਹੀ ਸੀਗੇ। ਔਰ ਉਹਨਾਂ ਨੇ ਤਾਰਾ ਕਾਰਪੋਰੇਸ਼ਨ ਲਿਮਿਟਡ ਤੋਂ ਉਹਦੀ ਡਿਸੋਲਵੇਸ਼ਨ ਤੋਂ ਪਹਿਲੇ ਜਦ ਡਿਕਲੇਅਰ ਹੁੰਦੀ ਹੈ ਨਾਨ ਪਰਫੋਰਮਿੰਗ ਅਸੈਟ, ਉਹ ਰਿਜ਼ਾਈਨ ਕਰ ਦਿੰਦੇ ਨੇ। ਔਰ ਰਿਜ਼ਾਈਨ ਕਰਨ ਤੋਂ ਬਾਅਦ ਦੁਬਾਰਾ ਰੀਅਪੁਆਇੰਟ ਹੁੰਦੇ ਨੇ, ਕਿਉਂਕਿ ਇਹਦੇ ਉੱਤੇ ਓਬਜੈਕਸ਼ਨ ਬੈਂਕ ਆਫ ਇੰਡੀਆ ਲਾਉਂਦਾ ਹੈ। 35 ਕਰੋੜ ਦਾ ਲੋਨ ਜਿੱਦਾਂ ਪਹਿਲੇ ਵੀ ਦੱਸ ਚੁੱਕਿਆ TCL ਨੂੰ ਦਿੱਤਾ ਗਿਆ ਸੀ ਤਾਰਾ ਕਾਰਪੋਰੇਸ਼ਨ ਲਿਮਿਟਡ ਨੂੰ, ਔਰ ਬਾਅਦ ਚੋਂ 76 ਕਰੋੜ ਦੀ ਆਊਟਸਟੈਂਡਿੰਗ ਹੋ ਗਈ ਸੀ। ਹੁਣ ਇਹਦੇ ਡਾਇਰੈਕਟਰ ਵੀ ਚੇਂਜ ਕਰ ਦਿੱਤੇ ਗਏ ਸੀ ਬਿਨਾਂ ਇਨਫੋਰਮ ਕੀਤੇ ਹੋਏ ਬੈਂਕ ਨੂੰ। ਇਹ ਸਾਰੇ ਕੇਸ ਦੇ ਵਿੱਚ ਹੁਣ ਮੈਨੂੰ ਲੱਗਦਾ ਕਿ ਗੱਜਣ ਮਾਜਰਾ ਉਹਨਾਂ ਦੀ ਮੁਸ਼ਕਿਲਾਂ ਵੱਧਦੀ ਜਾ ਰਹੀ ਹੈ। ਔਰ ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਬਹੁਤਾ ਸਾਥ ਨਾ ਦੇਣਾ। ਔਰ ਮਲਵਿੰਦਰ ਸਿੰਘ ਕੰਗ ਜਦ ਪ੍ਰੈਸ ਕਾਨਫਰੰਸ ਕਰਕੇ ਇਸ ਮੁੱਦੇ ਦੇ ਉੱਤੇ ਸਵਾਲ ਪੁੱਛਿਆ ਤਾਂ ਕਹਿੰਦੇ ਨਾ ਪੁੱਛੋ। ਕਾਰਨ ਕੀ ਹੈ? ਸਾਰੇ ਮਾਮਲੇ ਦੇ ਵਿੱਚ ਜਦ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਨਹੀਂ ਕੀਤੀ ਸੀ, ਉਸ ਤੋਂ ਪਹਿਲੇ ਦੇ ਸਾਰੇ ਮਾਮਲੇ ਹੈ, ਤੇ ਇਸ ਕਰਕੇ ਕੁਛ ਨਹੀਂ ਕਰ ਸਕਦੇ। ਔਰ ਦੂਜੇ ਪਾਸੇ ਕੁਲਵੰਤ ਸਿੰਘ ਜਿਹੜੇ ਮੋਹਾਲੀ ਵਾਲੇ MLA, ਉਹਨਾਂ ਦੇ ਮਾਮਲੇ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਕੁਛ ਨਹੀਂ ਕੀਤਾ ਸੀ। ਯਾਨੀ ਕੇਜਰੀਵਾਲ ਉਹਨਾਂ ਨੂੰ ਅਗਰ ED ਬੁਲਾਉਂਦੀ ਹੈ ਤੇ ਪੂਰੀ ਆਮ ਆਦਮੀ ਪਾਰਟੀ ਦੇ ਵਾਲੰਟੀਅਰਸ ਤੱਕ ਤੋਂ ਇਹ ਐਕਸਪੈਕਟੇਸ਼ਨ ਹੁੰਦੀ ਹੈ ਵੀ ਸਾਰੇ ਖੜ ਜਾਓ, ਲੇਕਿਨ ਤੁਹਾਡੇ ਆਪ ਦੇ MLA ਜਦ ਅੰਦਰ ਜਾਣ ਦੀ ਵਾਰੀ ਹੁੰਦੀ, ਉਹ ਠੀਕ ਹੈ ਗਲਤ ਹੈ ਤੇ ਕੋਟਾ ਦਾ ਫੈਸਲਾ ਹੈਗਾ, ਪਰ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਪਿਛਾ ਪੈਰ ਕਰ ਲੈਣਾ, ਇਹ ਕਿਸੇ ਨਾ ਕਿਸੇ ਜਗ੍ਹਾ ਪਾਰਟੀ ਦੇ ਅੰਦਰੂਨੀ ਸਰਕਲ ਦੇ ਵਿੱਚ ਸਹੀ ਤਰੀਕੇ ਨਾਲ ਨਹੀਂ ਜਾ ਰਿਹਾ। ਪਰ ਚਲੋ, ਪਾਰਟੀਆਂ ਹੈਗੀਆਂ, ਵੱਡੀ ਪਾਰਟੀਆਂ ਹੈਗੀਆਂ ਇੱਕ ਪਾਸੇ ਤੇ ਉਹ ਜੇਲ੍ਹ ਤੋਂ ਕੈਬਨਿਟ ਚਲਾਉਣ ਦੀ ਗੱਲ ਕਰ ਰਹੀਆਂ, ਔਰ ਦੂਜੇ ਪਾਸੇ ਆਪਣੇ MLAਆਂ ਦੇ ਨਾਲ ਝੂਠੇ ਸੱਚੇ ਖੜਨ ਦੀ ਵੀ ਨਹੀਂ ਗੱਲ ਕਰ ਰਹੀਆਂ। ਇਸ ਮਾਮਲੇ ਦੇ ਉੱਤੇ ਆਮ ਆਦਮੀ ਪਾਰਟੀ ਦਾ ਥੋੜ੍ਹਾ ਜਿਹਾ ਕ੍ਰਿਟੀਸਿਜ਼ਮ ਪੰਜਾਬ ਦੇ ਵਿੱਚ ਹੋ ਰਿਹਾ। ਪਰ ਆਹ ਸਾਰੇ ਮਾਮਲੇ ਤੋਂ ਬਾਅਦ ਹੁਣ ਸੰਗਤ ਸਿੰਘ ਗਿੱਲ ਜੀ ਉਹਨਾਂ ਨੂੰ, ਕਿਉਂਕਿ ਤੁਹਾਨੂੰ ਯਾਦ ਹੋਏਗਾ ਸੰਗਤ ਸਿੰਘ ਗਿੱਲ ਜੀ ਉਹਨਾਂ ਉਹ ਫੋਰੈਸਟ ਕੈਂਪ ਦੇ ਵਿੱਚ ਉਹਨਾਂ ਦਾ ਨਾਂ ਚੱਲਿਆ ਸੀਗਾ, ਔਰ ਉਸ ਤੋਂ ਬਾਅਦ ਜਦ ਉਹ ਫੋਰਨ ਜਾ ਰਹੇ ਸੀਗੇ ਤੇ ਉਹਨਾਂ ਨੂੰ ਜਹਾਜ਼ ਤੇ ਚੜ੍ਹਨ ਨਹੀਂ ਦਿੱਤਾ ਸੀਗਾ, ਉਹਨਾਂ ਦਾ ਟੈਚੀ ਵਾਪਸ ਕਰਤਾ ਸੀਗਾ ਵੀ ਵਾਪਸ ਜਾਓ। ਤੇ ਉਸ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵਿੱਚ ਉਹਨਾਂ ਨੂੰ ਰਾਹਤ ਮਿਲੀ ਹੈ, ਔਰ ਕੋਰਟ ਨੇ
एचएचए तौर पर कहा है कि किसी की इन्वॉल्वमेंट किसी क्राइम केस के उसके फॉरन ट्रैवल को रोकने वास्ते काफ़ी नहीं है। तो वो संगत सिंह गिलजिया अलाउ करता उन्होंने उन्होंने यूएस विजिट वास्ते और नाल दे नाल 50-50 लाख रुपए की कोई सिक्योरिटी जमा कराने की गल की है। और इस राही होर भी इदा के केसिस दे विच कोई अक्यूज होंगे ने तो उन्होंने वास्ते इस हाईकोर्ट की जजमेंट के राही राह खुल गई है कि किसी केस के अगर उन्हों की झूठी सच्ची इनवॉल्वमेंट होंगी भी है तो वह बाहर जा सकते हैं। और दूसरी गल की बंटी रोमाना की, बंटी रोमाना कल बेल मिल गई मोहाली कोर्ट के उन्होंने जब केस डिस्कस किया जा रहा है और जिहड़ा बेल ऑर्डर है उसके जज साहब ने एक बड़ी मतलब एक इंपॉर्टेंट गल लिखी है। हरप्रीत कौर जिहड़े चीफ जुडिशियल मैजिस्ट्रेट हैगे ने एडिशनल चीफ जुडिशियल मैजिस्ट्रेट उन्हां दी कोर्ट दे विच केस सीगा, उन्होंने कहा जिस तरीके नाल तुसीं 468 लाई है आईपीसी दी वो यह लगता है कि भी ना तो एक वो जरा जिदी कहते हो तुम यह ऑडियो या वीडियो डॉक्टर्ड की वो कंप्लेन नहीं हैगी। कंप्लेनेंट कौन है? इंस्पैक्टर संदीप कुमार साइबर जरा सैल का हैड। और ये 468 सीधे तौर पर यह सियासी बदलाखोरी लगती है और इस आधार के उत्ते बेल भी दे दी गई। और जब सवाल पूछा गया तो जोड़ा प्रोसीक्यूटर से भी कोई बहुता तगड़े तरीके जवाब नहीं दे पाए। तो बाद चो फिर बंटी रोमाना और अकाली दल ने फैसला किया कि उस इंस्पैक्टर संदीप कुमार के खिलाफ और वो तमाम पुलिस अधिकारियों के खिलाफ जिन्होंने इस जल्दबाजी के उन्होंने खिलाफ केस किया उन्होंने खिलाफ हूँ वो कोर्ट जाने की तैयारी कर रहे हैं। सुखपाल सिंह खहरा उन्होंने तुम गल की उन्होंने भी कल हेयरिंग सी और उन्होंने बेल अप्लाई की हुई थी जिदे उत्ते फिलहाल फैसला नहीं होया और कोई राहत नहीं मिली सुखपाल सिंह खहरा उन्होंने। हूँ नवंबर 14 इस मुद्दे के उत्ते अगली हीयरिंग है और यदा सीधा सीधा मतलब वो दिवाली तो है कि दिवाली है कि सुखपाल सिंह खहरा उन्होंने जेल च ही मनानी पेगी। यह फिलहाल कोर्टा के मामले थे जिन्हों मुद्दों के उत्ते अगे गल कलबाती हुई नजर आई। भास्कर साहब जिहड़ी गल तुसीं कल वाली कह रहे हो भी कल बंटी रमाणा नूं जमानत मिली, जमानत 3 दिन पहला मिल गई सी ये सुनवाई, लेकिन कल वो प्रेस कॉन्फ्रेंस कर रहे सी और खबर जिहड़ी निकल के आ रही है ये भी उस दिन की सुनवाई नाल ही जुड़ती है। पर मैं चाहूंगा बड़ी काली दे विच जेकर तुसीं साडी नैशनल झाती वड्डी कर दिओ। देखो नैशनल न्यूज दे विच एक ते अधीर रंजन चौधरी जिन्हां नूं कल चीफ इनफॉर्मेशन ऑफिसर जिहड़े लाए कमिश्नर लाए गए ने केंद्र सरकार ने और उन्होंने मुद्दे के उत्ते अधीर रंजन चौधरी उन्होंने कहना है कि बतौर लीडर ऑफ अपोजिशन इन लोक सभा हालांकि एक मैंडेटरी रूल है कॉन्स्टिट्यूशनली यह गल लिखी हुई है कि उन्होंने उस मीटिंग दे विच जिदे विच इस पोस्ट के उत्ते सिलेक्शन होंदी है बुलाया जाना चाहिए। उन्होंने इस मीटिंग नू पोस्टपोन करने वास्ते लिखा सीगा पर पोस्टपोन तो नहीं हुए, लेकिन इन्हों ना दसया गया ना कॉन्फिडेंस दिता गया और आर्बिट्रेरी तरीके नाल इस पोस्ट के उत्ते उन्होंने ला दिता हीरा लाल उन्होंने। हुण दूजी गल नैशनल पॉलिटिक्स दे विच एक बड़ी इंपोर्टेंट है कि नरेंद्र सिंह तोमर वो खेतीबाड़ी मंत्री जिन्हां दे नाल साडे किसानां दा उन्हां 3 कानूनां नू लैके अक्सर मीटिंगां दे विच आमने सामने होना असीं सारयां ने देखिया। हुण उन्हां दे बेटे उन्हां दी बेटे दी एक ऑडियो वीडियो एक आई है मार्केट विच जिहदे विच उह कथित तौर ते कोई माइनिंग दे कारोबारी तो 100 करोड़ के लेन देन की गल कर रहे हैं। इस मुद्दे के उत्ते मध्य प्रदेश के राजनीति सिखर पर है क्योंकि हुण गल कांग्रेस ने भी इलेक्शन कमीशन अप्रोच करके एक्शन की मांग की है कि हुण इस मुद्दे के उत्ते तुसी की एक्शन लै रहे हो। दूजे पासे बीजेपी ने नरेंद्र तोमर और देवेंद्र प्रताप तोमर उन्होंने बेटे का बचाव किया है कि यह सारी गल्लां इस करके अगे तोरी जा रही है क्योंकि वह महादेव ऐप स्कैम जिहदे विच 508 करोड़ रुपए कथित तौर पर छत्तीसगढ़ के मुख्यमंत्री भूपेश बघेल नूं दिते गए। यह सारी वार ऑफ वर्ड्स कह लो वो कल सारा दिन चलता रहा। उस तो अलावा हुण तक एक ओपीनियन पोल कल एक वक्रे तौर पर आए हैं जिदे 5 सूबों के होने वाले इलेक्शन जिदे 2 सूबों के छत्तीसगढ़ के 20 सीटों के उत्ते अज इलेक्शन प्रोसैस शुरू हो चुके हैं और नाल दे नाल मिजोरम की 40 सीटों के उत्ते अज इलेक्शन वोटिंग खास करके पोलिंग हो जानी है। उहदे विच 5 सूबों के राजस्थान नूं छड्ड के बीजेपी की हालत दूजे सूबों के कोई बहुत ही चंगी नहीं हैगी और राजस्थान की 200 सीटों के बीजेपी एक लास्ट आवर ओपीनियन पोल के 114 तो लैके 124 सीटा जीत सकती है और कांग्रेस 67-77 से सिमट के रह सकती है। अदरस अदरस के केजरीवाल साहब भी कुछ इलेक्शन से लड़ रहे हैं, पता नहीं उन्होंने भी ना इन्हों अदरस के आ जाए। 5 तो 13 सीटा अदरस को मिल सकती हैं। और गल करिए छत्तीसगढ़ की 90 सीटा है और जिसे 20 सीटों के उत्ते अज पोलिंग शुरू हो चुकी है।
बीजेपी 36 तो 42 सीटा उत्थे लै सकती है और कांग्रेस वो हुण रिटेन कर सकती है छत्तीसगढ़ में, जिदे विच 45 तो 51 सीटा 90 विचों वो कांग्रेस के खाते जा सकी। और अदर्स का भी इतने जिक्र है 2 तो 5। मिजोरम की भी गल करिए जिथे अज एक फेज के विच ही 40 दी 40 सीटा के उत्ते पोलिंग खत्म हो जानी है, और ये मिजोरम नैशनल फ्रंट टॉप पर हैगा 17 तो 21 सीटा जीत सकता है, कांग्रेस 6 तो 10 और ZPM जी मेन अपोजिशन पार्टी है वह 10 तो 14 सीटा से जित सकती है। इदा द इस लास्ट और ओपीनियन पोल दे विच निकल गया है। और उस तो अलावा जे गल करिए मध्य प्रदेश की, मध्य प्रदेश के कांग्रेस 118 तो 130 सीटा इस ओपीनियन पोल के हिसाब से जीत सकती है, और बीजेपी 99 तो 111 सीटा, यानी कांटे की टक्कर अगर मध्य प्रदेश के हैगी है इस तो तुम अंदाजा ला सकते हो। कोई भी उल्ट फिर आखिरी 3 दिसंबर में तुम्हें देखने को मिल सकता है। आदर्श भी 0 तो 2 मध्य प्रदेश के, केजरीवाल उन्होंने भी काफ़ी सीटों पर लड़ रहे हैं, तो उन्होंने खाते के 0 तो 2 सीटा ही आ रही है। और उस तो अलावा कल गल चलती रही इलेक्शन के आरोप प्रत्यारोप की तो गल कर ही हटे हैं, और हुण यह चारों सूबे सारा जिहड़ा इलेक्शन प्रोसेस हैगा वो बिल्कुल सिखर पर हैगा, ईडी एक्टिव हैगी है, और की अगे चल के की होंगे है आने वाले टाइम ही पता लगेगा। बहुत मेहरबानी, बहुत धन्यवाद। धन्यवाद जी।